ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ। ਮੋਰਗੇਜ ਐਡਵਾਈਜ਼ ਵਿੱਚ ਮੋਹਨ ਸਿੰਘ ਚੀਮਾ ਜੈਨਰਲ ਮੋਰਗੇਜ ਐਂਡ ਰੀਅਲ ਅਸਟੇਟ ਦੀ ਗੱਲ ਅਸੀਂ ਕਰੀਦੀ ਆ ਅੱਜ ਦਾ ਦਿਨ। ਇਹ ਪ੍ਰੋਗਰਾਮ ਸੋਮਵਾਰ ਨੂੰ ਦੁਪਹਿਰੇ 2 ਵਜੇ ਤੁਹਾਡੇ ਕੋਲ ਅਸੀਂ ਲਾਈਵ ਪੇਸ਼ ਕਰਦੇ ਹਾਂ ਜਿਵੇਂ ਅੱਜ ਲਾਈਵ ਪ੍ਰੋਗਰਾਮ ਹੈਗਾ, ਅਤੇ ਰਾਤੀ 9 ਵਜੇ ਸੇਮ ਡੇ ਇਹ ਰਿਪੀਟ ਹੁੰਦਾ ਪ੍ਰੋਗਰਾਮ ਤੁਹਾਡੇ ਸਾਰਿਆਂ ਵਾਸਤੇ, ਤਾਂ ਕਿ ਜਿਹੜੇ ਰਾਤੀ 9 ਵਜੇ ਵੀ ਘਰਾਂ ਵਿੱਚ ਬੈਠੇ ਦਰਸ਼ਕ ਉਹ ਪੂਰੀ ਜਾਣਕਾਰੀ ਦਾ ਲਾਭ ਲੈ ਸਕਣ। ਮੋਰਗੇਜ ਦੀ ਗੱਲ ਕਰੀਏ ਜੀ, ਮੋਰਗੇਜ ਹਮੇਸ਼ਾ ਹੀ ਅਸੀਂ ਗੱਲ ਜਦੋਂ ਕਰੀ ਦੀ ਹੈ ਮੋਹਨ ਸਿੰਘ ਚੀਮਾ ਜੀ ਨਾਲ, ਸਾਨੂੰ ਬਹੁਤ ਸਾਰੀਆਂ ਨਵੀਆਂ ਗੱਲਾਂ ਇਹਨਾਂ ਕੋਲੋਂ ਸਿੱਖਣ ਨੂੰ ਸੁਣਨ ਨੂੰ ਮਿਲਦੀਆਂ ਜਿਹੜੀਆਂ ਕਿ ਸਾਡੇ ਬਹੁਤ ਕੰਮ ਵੀ ਆਉਂਦੀਆਂ ਹੈਗੀਆਂ। ਅੱਜ ਵੀ ਮੋਹਨ ਸਿੰਘ ਚੀਮਾ ਜੀ ਜੁੜੇ ਨੇ ਅਤੇ ਫਟਾਫਟ ਚੱਲਦੇ ਹਾਂ ਉਹਨਾਂ ਵੱਲ ਅਤੇ ਜਾਣਦੇ ਹਾਂ ਉਹਨਾਂ ਕੋਲ ਮੋਰਗੇਜ ਦੀ ਐਡਵਾਈਸ ਲੈਂਦੇ ਹਾਂ ਅਤੇ ਨਾਲ ਦੀ ਨਾਲ ਰੀਅਲ ਅਸਟੇਟ ਦੀ ਵੀ ਗੱਲ ਕਰਾਂਗੇ। ਜੀ ਮੋਹਨ ਸਿੰਘ ਚੀਮਾ ਭਾਅ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਜੀ। ਜੀ ਜੀ ਭਾਅ ਜੀ, ਸਤਿ ਸ਼੍ਰੀ ਅਕਾਲ ਆਪ ਜੀ ਨੂੰ, ਸਭ ਦਰਸ਼ਕਾਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਵਧੀਆ। ਕਿਵੇਂ ਚੱਲ ਰਿਹਾ ਜੀ ਅੱਜ ਕੱਲ੍ਹ ਮਾਹੌਲ, ਗਰਮੀਆਂ ਸਰਗਰਮੀਆਂ? ਬਹੁਤ, ਕੱਲ੍ਹ ਮੈਂ ਗਿਆ ਸੀ ਜੀ ਵੀਕਐਂਡ 'ਤੇ ਐਲਏ ਵਾਲੇ ਪਾਸੇ, ਅਤੇ ਐਂ ਲੱਗਦਾ ਸੀ ਕਿ ਕੋਵਿਡ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ। ਐਨ ਸਭ ਕੁਛ, ਮਾਲ ਕਹਿ ਲਓ ਅਤੇ ਡਿਜ਼ਨੀਲੈਂਡ ਕਹਿ ਲਓ ਅਤੇ ਯੂਨੀਵਰਸਲ ਸਟੂਡੀਓ ਕਹਿ ਲਓ, ਵੀ ਲੋਕ ਐਂ ਸੋ ਅੱਗੇ ਨਾਲੋਂ ਵੀ ਵੱਧ ਹੋ ਗਏ। ਹਾਂਜੀ, ਅਸੀਂ ਵੀ ਪਾਸੇ ਤੋਂ, ਅਸੀਂ ਵੀ ਜਾ ਕੇ ਇੱਧਰ ਆ 2-3 ਦਿਨ ਲੇਕ ਟਾਹੋ ਵਗੈਰਾ, ਰੀਨੋ ਵਗੈਰਾ, ਅਤੇ ਉੱਧਰ ਵੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਹੁਣ ਹੈ ਨਹੀਂ ਕੋਵਿਡ ਨਾਂ ਦੀ ਚੀਜ਼, ਅਤੇ ਬਾਕੀ ਫੰਕਸ਼ਨ ਵਗੈਰਾ ਈਵੈਂਟਸ ਵਗੈਰਾ ਪੂਰੀਆਂ ਵੱਡੇ ਪੱਧਰ 'ਤੇ ਸ਼ੁਰੂ ਹੋ ਗਈਆਂ ਸਾਰੀਆਂ। ਹਾਂਜੀ ਹਾਂਜੀ, ਚਲੋ ਜੀ, ਬਿਲਕੁਲ ਜੀ, ਬਹੁਤ ਸਭ ਕੁਛ ਚਲੋ ਸਹੀ ਤੁਰ ਪਿਆ ਜੀ, ਵਾਹਿਗੁਰੂ ਕਿਰਪਾ ਰੱਖਣ। ਹਾਂਜੀ, ਅਤੇ ਚਲੋ ਜੀ, ਇਹ ਤਾਂ ਗਰਮੀਆਂ ਚੱਲ ਰਹੀਆਂ ਨੇ, ਗਰਮੀਆਂ ਵੀ ਨਾਲ ਨਾਲ ਪੂਰੀਆਂ ਹੈਗੀਆਂ, ਅਤੇ ਜਿਹੜੀ ਇਹ ਗਰਮੀ ਹੈਗੀ ਆ ਜੀ ਮੋਰਗੇਜ ਦੀ, ਅਤੇ ਉਹ ਕਿੰਨੀ ਕੁ ਹਜੇ ਤੇਜ਼ ਹੈ ਗਰਮੀ? ਹਾਂਜੀ, ਸੋ ਜਿਹੜੇ ਅਸੀਂ ਗੱਲ ਕਰਦੇ ਹਾਂ ਜੀ ਮੋਰਗੇਜ ਅਤੇ ਰੀਅਲ ਸਟੇਟ ਦੀ, ਇਸ ਤੋਂ ਪਹਿਲਾਂ ਜਿਹੜੀ ਮੈਂ ਆਪਣੀ ਆਈ ਡੀ ਜੀ ਤੁਹਾਨੂੰ ਸ਼ੇਅਰ ਕਰਦਾ ਹਾਂ। ਹਾਂਜੀ, ਸੋ ਸਾਰਿਆਂ ਵਾਸਤੇ ਜੀ, ਜਿਹੜੀ ਮੇਰੀ ਲੋਨ ਨਾਲ ਸੰਬੰਧੀ ਆਈ ਡੀ ਹੈਗੀ ਹੈ ਜੈਂਡਰ ਮੋਰਗੇਜ ਨਾਲ, ਉਹ ਹੈਗੀ ਹੈ NMLS ਆਈ ਡੀ ਨੰਬਰ 6989952 ਜੀ। ਜਿਹੜੀ ਸਾਡੀ ਜੈਂਡਰ ਰੀਅਲ ਸਟੇਟ ਨਾਲ ਜੁੜੀ ਆਈ ਡੀ ਹੈਗੀ ਹੈ ਰੀਅਲ ਸਟੇਟ ਨਾਲ ਸੰਬੰਧੀ, ਉਹ ਹੈਗਾ DRE ਨੰਬਰ 02067197। ਸੋ ਜਗੀ ਭਾਅ ਜੀ, ਜੇ ਤਾਂ ਗੱਲ ਕਰੀਏ ਗਰਮੀ ਦੀ, ਵੀ ਗਰਮੀ ਬਹੁਤ ਬਹੁਤ ਪੈਰੀ, ਅਤੇ ਨਾਲ ਨਾਲ ਓਨੀ ਹੀ ਗਰਮ ਮਾਰਕੀਟ ਜਿਹੜੀ ਕਹਿ ਲਓ ਵੀ ਰੀਅਲ ਸਟੇਟ ਦੀ ਹਾਲੇ ਵੀ ਹੈਗੀ ਆ, ਉਹ ਕਾਇਮ ਹੈਗੀ ਆ, ਚੱਲ ਰਹੀ ਆ, ਲੋਕ ਘਰ ਖਰੀਦ ਰਹੇ ਨੇ ਜਿਨ੍ਹਾਂ ਨੂੰ ਮਿਲ ਸਕਦੇ ਨੇ। ਸੋ ਇਹਦੇ ਵਿੱਚ ਵੀ ਕਹਿ ਲਓ ਵੀ ਜਿਵੇਂ ਜਿਵੇਂ ਕੋਵਿਡ ਖੁੱਲਦਾ ਜਾਂਦਾ ਸੀਗਾ, ਅਤੇ ਪਹਿਲਾਂ ਹੀ ਟੈਨਸ਼ਨ ਬੜੀ ਬਣੀ ਹੋਈ ਸੀ ਮਾਰਕੀਟ ਦੇ ਵਿੱਚ ਵੀ, ਘਰ ਹੀ ਹੈ ਨੇ ਜੀ, ਘਰ ਕਿੱਥੋਂ ਆਣ, ਲੈਣ ਵਾਲੇ ਬੜੇ ਨੇ, ਖਰੀਦਣ ਵਾਲੇ ਘੱਟ ਨੇ, ਅਤੇ ਕੀ ਬਣੂਗਾ। ਇਹਦੇ ਉੱਪਰ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਪਿਆ, ਇਹ ਜ਼ਰੂਰ ਹੋਇਆ ਕਿ ਘਰਾਂ ਦੀ ਜਿਹੜੀ ਮਾਰਕੀਟ ਹੈਗੀ ਹੈ ਹਾਲੇ ਵੀ ਉਹਨੂੰ ਅਸੀਂ ਸਟਰੋਂਗ ਮੰਨਦੇ ਹਾਂ। ਇੱਕ ਇਹਦੇ ਨਾਲ ਨਾਲ ਜਿਹੜੀ ਹੋਰ ਚੀਜ਼ ਦੇਖਣ ਨੂੰ ਮਿਲ ਰਹੀ ਹੈ ਉਹ ਵਿਆਜ ਹੈਗੇ ਆ, ਵਿਆਜ ਉੱਪਰ ਜਾਣ ਦੀ ਬਜਾਏ ਹਾਲੇ ਫਿਰ ਥੋੜ੍ਹੇ ਜਿਹੇ ਥੱਲੇ ਨੂੰ ਆਏ ਨੇ। ਸੋ ਇਸ ਵੇਲੇ ਸ਼ਾਇਦ ਲੱਗਦਾ ਬ੍ਰੇਕਾਂ ਲੱਗੀਆਂ ਹੋਈਆਂ ਵਿਆਜ ਦੇ ਉੱਪਰ, ਜੋ ਜਿਨ੍ਹਾਂ ਨੇ ਵੀ ਘਰ ਦਾ ਰੀਫਨੈਂਸ ਹਜੇ ਨਹੀਂ ਕਰਾਇਆ, ਹਾਂਜੀ, ਅਤੇ ਉਹਨਾਂ ਨੂੰ ਚਾਹੀਦਾ ਜੇ ਉਹ ਕਰਾਉਣਾ ਚਾਹੁੰਦੇ ਨੇ ਵੀ ਇਸ ਮਾਮਲੇ ਵਿੱਚ ਉਹ ਪਿੱਛੇ ਨਾ ਰਹਿ ਜਾਣ। ਵਿਆਜ ਬਹੁਤ ਵਧੀਆ ਚੱਲ ਰਹੇ ਨੇ, ਜੇ ਕਿਸੇ ਨੇ ਵੀ ਰੀਫਨੈਂਸ ਕਰਾਉਣਾ ਹੋਵੇ ਅਤੇ ਇਹਦੇ ਬਾਰੇ ਉਹ ਜ਼ਰੂਰ ਪਤਾ ਕਰਨ, ਅਤੇ ਆਪਣੀ ਜਿਹੜੀ ਘਰ ਦੀ ਮੋਰਗੇਜ ਪੇਮੈਂਟ ਆ ਉਹਦੇ ਵਿੱਚ ਜਿਹੜੀ ਉਹਨਾਂ ਦੀ ਬੱਚਤ ਹੋ ਸਕਦੀ ਆ, ਉਸ ਚੀਜ਼ ਦਾ ਉਹ ਜ਼ਰੂਰ ਫਾਇਦਾ ਚੱਕਣ ਜੀ। ਜੀ, ਅਤੇ ਇੱਧਰ ਦੀ ਗੱਲ ਕਰੀਏ ਤਾਂ ਇੱਧਰ ਵੀ ਵੈਸੇ ਤਾਂ ਸੇਮ ਹਾਲ ਹੈਗਾ, ਅਤੇ ਜਿਵੇਂ ਨਿਊਯਾਰਕ ਤੋਂ ਅਸੀਂ ਫੋਨ ਆਇਆ ਕਿਸੇ ਦਾ ਵੀ, ਉਹ ਕਹਿੰਦੇ ਪੁੱਛੋ ਮੋਹਨ ਸਿੰਘ ਚੀਮਾ ਜੀ ਨੂੰ ਵੀ ਜੇ ਰੀਫਾਈਨੈਂਸ ਦੇ ਵਿੱਚ ਵੀ ਕੋਈ ਇੱਦਾਂ ਦੀ ਕੁੰਡੀ ਹੈਗੀ ਆ ਜੀ, ਕਿ ਜਿਹੜੇ ਕਈ ਉਹਨਾਂ ਨੂੰ ਕਹਿੰਦੇ ਵੀ ਸਾਨੂੰ ਦੱਸਿਆ ਕੁਛ ਹੋਰ ਸੀਗਾ, ਜਿਹੜਾ ਕੋਈ ਕਲੋਜ਼ਿੰਗ ਦਾ ਖਰਚਾ ਇਹ 'ਚ ਵੀ ਹੁੰਦਾ ਹੋਏਗਾ ਜੀ ਜਿਹੜਾ ਰੀਫਾਈਨੈਂਸ ਦੇ ਵਿੱਚ? ਹਾਂਜੀ, ਰੀਫਾਈਨੈਂਸ ਦੇ ਵਿੱਚ ਜੱਗੀ ਭਾਅ ਜੀ, ਸਵਾਲ ਤੁਹਾਡਾ ਬਹੁਤ ਵਧੀਆ ਹੈਗਾ ਜੀ। ਇਹ ਅਕਸਰ ਸਵਾਲ ਹਰ ਪਾਸੇ ਸਾਨੂੰ ਵੀ ਆਉਂਦੇ ਨੇ, ਤੁਹਾਨੂੰ ਵੀ ਆਉਂਦੇ ਨੇ, ਆਲੇ ਦੁਆਲੇ ਲੋਕਾਂ ਨੂੰ ਪੁੱਛਿਆ ਵੀ ਜਾਂਦਾ ਕਿ ਰੀਫਾਈਨੈਂਸ ਦੇ ਵਿੱਚ ਖਰਚਿਆਂ ਦਾ ਕੀ ਹਿਸਾਬ ਕਿਤਾਬ ਹੈਗਾ। ਹਾਂਜੀ, ਰੀਫਾਈਨੈਂਸ ਦੇ ਵਿੱਚ ਤੁਸੀਂ ਕਰਾਉਂਦੇ ਜੇ, ਇੱਕ ਜਿਹੜਾ ਖਰਚਾ ਅਕਸਰ ਨਜ਼ਰ ਆ ਜਾਂਦਾ ਉਹ ਆ ਜਾਂਦਾ ਐਸਕਰੋ ਦੇ ਟਾਈਟਲ ਦਾ, ਜਿਹੜਾ ਕਿ ਬੜਾ ਇੱਕ ਜੈਨੂਅਨ ਜਿਹਾ ਖਰਚਾ ਹੁੰਦਾ। ਇਹਦਾ ਮਤਲਬ ਇਹ ਹੁੰਦਾ ਕਿ ਜਿਹੜਾ ਵੀ ਪੈਸਿਆਂ ਦਾ ਕਹਿ ਲਓ ਵੀ ਇੱਧਰੋਂ ਕੱਢ ਕੇ ਇਸ ਬੈਂਕ ਨੂੰ ਛੱਡ ਕੇ ਦੂਜੇ ਬੈਂਕ ਨੂੰ ਭੇਜਣਾ, ਉਹ ਜਿਹੜਾ ਅੰਡਰ ਰਾਈਟਰ ਲੋਨ ਵਾਲਾ, ਉਹਨਾਂ ਨੇ ਦੇਖਣਾ ਵੀ ਪ੍ਰਾਪਰਟੀ ਦੇ ਉੱਪਰ ਤੁਸੀਂ ਵੀ ਹੋਰ ਤਾਂ ਨਹੀਂ ਪੈਸੇ ਕਿਤੇ ਚੱਕੇ, ਉਹ ਜਿਹੜਾ ਸਾਰਾ ਚੈੱਕਅਪ ਚੁੱਕਅਪ ਹੁੰਦਾ ਉਹ ਐਸਕਿਓ ਦੇ ਟਾਈਟਲ ਕਰ ਦਿੰਦੇ, ਅਤੇ ਉਹਦਾ ਖਰਚਾ ਪ੍ਰੋਪਰਟੀ ਦੇ ਹਿਸਾਬ ਨਾਲ ਜੇ 4 ਲੱਖ ਦਾ ਘਰ ਹੈਗਾ ਤੇ ਉਹ ਕੋਈ 2 ਜਾਂ 2100-2200 ਜਿਹੜਾ ਖਰਚਾ ਹੁੰਦਾ ਉਹ ਤੁਹਾਡਾ ਉਹਨਾਂ ਨੇ ਲੈਣਾ ਦੇਣਾ। ਹੁਣ ਤੁਸੀਂ ਕਹੋ ਜੀ ਮੈਂ ਤੇ ਚਾਹੁੰਦਾ ਵੀ ਇਹ ਵੀ ਖਰਚਾ ਨਾ ਹੋਵੇ ਤੇ ਮੇਰਾ ਲੋਨ ਵੀ ਹੋ ਜਾਵੇ ਤੇ ਮੇਰਾ ਵਿਆਜ ਵੀ ਘੱਟ ਜਾਵੇ, ਤੇ ਉਹਦਾ ਕੀ ਤਰੀਕਾ ਹੈਗਾ? ਉਹਦਾ ਤਰੀਕਾ ਇਹ ਹੈਗਾ ਵੀ ਕਈਆਂ ਦੇ ਵਿਆਜ ਬੜੇ ਜ਼ਿਆਦਾ ਹੁੰਦੇ ਆ ਤੇ ਥੋੜ੍ਹਾ ਜਿਹਾ ਵਿਆਜ ਵੱਧ ਲਾ ਕੇ ਬੈਂਕ ਵਾਲੇ ਤੋਂ ਪੈਸੇ ਖਿੱਚ ਲੈਂਦੇ।
ਠੀਕ ਆ ਉਹ ਵਿੱਚੇ ਲਾ ਦਿੰਦੇ ਮਤਲਬ ਕਹਿਣ ਦਾ, ਤੇ ਉਹ ਕਹਿੰਦੇ ਕੋਈ ਤੁਹਾਡੇ ਕੋਲ, ਹਾਂ ਉਹ ਵਿੱਚੇ ਲੱਗ ਜਾਂਦੇ, ਤੇ ਉਹਦਾ ਫਿਰ ਇਹਦੇ ਵਾਸਤੇ ਹੁਣ ਇਹਦਾ ਹੱਲ ਕੀ ਹੈਗਾ ਵੀ ਕਿਹੜੀ ਚੀਜ਼ ਵਧੀਆ ਹੈਗੀ ਹੈ, ਵੀ ਥੋੜ੍ਹੀ ਬਹੁਤੀ ਫੀਸ ਦਿੱਤੀ ਜਾਵੇ ਕਿ ਜਾਂ ਫਿਰ ਉਹਨੂੰ ਲੋਨ 'ਚ ਹੀ ਪਵਾ ਲਿਆ ਜਾਵੇ। ਮੈਂ ਸਭ ਨੂੰ ਇਹ ਗੱਲ ਕਹਿੰਦਾ ਵੀ ਤੁਸੀਂ ਸਿਰਫ ਇੱਕ ਗੱਲ ਦਾ ਖਿਆਲ ਰੱਖੋ ਵੀ ਜਿਹੜਾ ਵਿਆਜ ਹੁੰਦਾ ਨਾ ਉਹ ਲੱਗਦਾ ਜਾਂ ਤੇ 15 ਸਾਲ ਵਾਸਤੇ ਜਾਂ 20 ਸਾਲ ਵਾਸਤੇ ਜਾਂ 30 ਸਾਲ ਵਾਸਤੇ। ਤੁਸੀਂ ਇਹ ਦੇਖੋ ਵੀ ਜੇ 2000-2000 ਬਚਾ ਕੇ ਤੁਸੀਂ ਵਿਆਜ ਵੱਧ ਰੱਖਿਆ ਤੇ ਤੁਸੀਂ ਵਿਆਜ 30 ਸਾਲ ਤੱਕ ਦੇਣਾ ਅੱਗੇ ਜਾਂ 20 ਸਾਲ ਤੱਕ ਦੇਣਾ ਅੱਗੇ, ਮਤਲਬ ਉਹ 2000-2000 ਤੋਂ ਜਿਹੜੇ ਲੱਗਦਾ ਮੋਹਨ ਭਾਈ ਸੋਰੀ ਤੁਹਾਡੀ ਗੱਲ ਵਿੱਚ ਪੱਟ ਗਈ ਵੀ 2000 ਤੇ ਜੇ ਮੰਨ ਲਓ 2200 ਖਰਚਾ ਉਹ ਤੁਹਾਨੂੰ ਦੇਣਾ ਪੈਣਾ, 2200-2200 ਤੇ ਵਿਆਜ ਵੀ ਮਤਲਬ ਦੇਣਾ ਪਏਗਾ। ਹਾਂ ਜੇ ਤੁਸੀਂ ਉਹਨਾਂ ਨੂੰ ਕਹੋ ਵੀ ਲੋਨ 'ਚ ਹੀ ਪਵਾ ਲਈਏ ਫਿਰ ਤੁਸੀਂ ਉਹਨੂੰ ਚਲੋ ਵੀ ਵਿਆਜ 'ਚ ਪੈ ਜਾਂਦੇ ਹੋ, ਇਸ ਤੋਂ ਵਧੀਆ ਹੈਗਾ ਵੀ ਆਪਣੇ ਲੋਨ ਆਫਿਸ ਨਾਲ ਜ਼ਰੂਰ ਸਲਾਹ ਕਰੋ, ਉਹ ਤੁਹਾਨੂੰ ਦੱਸਣਗੇ ਤੁਹਾਡੇ ਵਾਸਤੇ ਕਿਹੜੀ ਚੀਜ਼ ਵਧੀਆ। ਮੈਜੋਰਿਟੀ ਆਫ ਪੀਪਲ ਉਹ ਕੀ ਕਰਦੇ ਆ, ਉਹ ਕਹਿੰਦੇ ਭਾਈ ਕੋਈ ਨੀ ਘਰ ਦੇ ਵਿੱਚ ਐਕਵਿਟੀ ਬੜੀ ਬਣੀ ਹੋਈ ਹੈ, 2-2.5 ਤੁਸੀਂ ਲੋਨ ਦੇ, ਲੋਨ ਹੈਗਾ 380 ਦਾ ਤੁਸੀਂ 2000 ਚੋਂ ਪਾ ਲੋਨ, ਫਿਰ 382 ਦਾ ਹੋ ਜਾਊਗਾ, ਕੋਈ ਗੱਲ ਨੀ ਫਿਰ ਉਹ ਵੀ ਚੱਲ ਜਾਂਦਾ ਕੰਮ, ਦੈਟਸ ਅ ਗੁੱਡ ਥਿੰਗ। ਬਟ ਇਹ ਆ ਵੀ ਇੰਟਰਸਟ ਰੇਟ ਵਧੀਆ ਲਓ, ਬੈਸਟ ਲਓ, ਇਸ ਪਾਸੇ ਜੀ ਖਿਆਲ ਰੱਖੋ, ਇਹਦੀ ਵਿਆਜ ਵਧੀਆ ਲਓ, ਮਤਲਬ ਘੱਟ ਤੋਂ ਘੱਟ ਜਿਹੜਾ ਮੈਂ ਸਕਦਾ ਉਹ ਲਓ ਜੀ। ਹਾਂ ਬਿਲਕੁਲ ਜੀ, ਕਈ ਵਾਰ ਅਸੀਂ ਸੋਚ ਲੈਂਦੇ ਜੀ ਚਲੋ ਜੀ ਕਿਸ਼ਤ ਦਾ 5-7 ਰੁਪਏ ਦਾ ਫਰਕ ਪੈਣਾ ਸਾਰਾ, ਵੀ ਜੇ ਅਸੀਂ ਵਿੱਚੇ ਪਵਾ ਲੈਂਦੇ ਪੈਸੇ ਅਤੇ ਉਹ 5-7 ਰੁਪਏ ਦਾ ਮਹੀਨੇ ਦਾ ਫਰਕ ਪੈਣਾ ਤਾਂ ਉਹ ਪੂਰੇ 30 ਸਾਲਾਂ 'ਚ, 25 ਸਾਲਾਂ 'ਚ, 15 ਸਾਲਾਂ 'ਚ ਤਾਂ ਬਹੁਤ ਦੂਰ ਚੱਲ ਜਾਣੀ ਗੱਲ ਜੀ। ਹਾਂ ਉਹ ਐਡ ਹੋ ਜਾਂਦੇ ਸੀ ਪੈਸੇ, ਹਾਂਜੀ, ਇਸੇ ਕਾਰਨ ਜਿਹੜਾ ਥੋੜ੍ਹਾ ਬਹੁਤਾ ਛੋਟਾ ਮੋਟਾ ਜਿਹੜਾ ਖਰਚਾ ਹੁੰਦਾ ਨਾ, ਇਹ ਜਿਹੜਾ ਜਿਹਨੂੰ ਕਹਿੰਦੇ ਕਲੋਜ਼ਿੰਗ ਕਾਸਟ ਜਿਹੜੀ ਹੁੰਦੀ ਹੈ, ਇਸ ਦਿਨ ਦੇ ਵਿੱਚ ਕੋਈ ਮਾੜੀ ਹਾਲ ਜੀ ਗੱਲ ਨਹੀਂ ਹੈਗੀ। ਮੈਂ ਸਭ ਨੂੰ ਇਹੀ ਕਹਾਂਗਾ ਵੀ ਜੇ ਥੋੜ੍ਹਾ ਬਹੁਤਾ ਹੈਗਾ ਜ਼ਰੂਰ ਦੇ ਦਿਓ, ਤਾਂ ਆਪਣਾ ਵਧੀਆ ਵਿਆਜ ਦੋ ਤਾਂ ਕਿ ਤੁਹਾਨੂੰ ਦੁਬਾਰਾ ਦੁਬਾਰਾ ਤੋਂ ਰੀਫਾਈਨਸ ਚੱਕਰ 'ਚ ਨਾ ਆਪਣਾ ਪਵੇ। ਬਿਲਕੁਲ ਜੀ ਬਿਲਕੁਲ, ਬਹੁਤ ਵਧੀਆ ਸਲਾਹ ਜੀ। ਅਤੇ ਇਹਦੀ ਨਾਲ ਦੀ ਨਾਲ ਜੇ ਗੱਲ ਕਰੀਏ ਤਾਂ ਜਿਹੜੇ ਘਰਾਂ ਦੀ ਲੋਕਾਂ ਨੇ ਪੇਮੈਂਟਾਂ ਵਗੈਰਾ ਰੁਕੇ, ਹੁਣ ਕੋਵਿਡ ਕਰਕੇ ਸਾਰਾ ਕੁਛ ਅਗਰ ਰੈਗੂਲਰ ਹੋ ਜਾਂਦਾ ਤਕਰੀਬਨ ਹੋ ਗਿਆ ਜਿਹੜਾ ਹੋ ਗਿਆ ਹੈਗਾ, ਅਤੇ ਉਹਨਾਂ ਜਿਨ੍ਹਾਂ ਨੇ ਰੋਕੀਆਂ ਸੀ ਪੇਮੈਂਟਾਂ ਉਹਨਾਂ ਦੀਆਂ ਜੇ ਹੁਣ ਪੇਮੈਂਟਾਂ ਰੈਗੂਲਰ ਹੋਣ, ਪਿਛਲੀਆਂ ਪੇਮੈਂਟਾਂ 3-4 ਮਹੀਨੇ 5-4 ਮਹੀਨੇ ਪਹਿਲਾਂ ਜਾਣੀ ਕਿ ਪੈ ਗਈਆਂ ਹੁਣ ਉਹਦੇ 'ਚ ਐਂਡ 'ਤੇ ਚੱਲ ਜਾਂਦੀਆਂ ਜਿਹੜੀਆਂ ਪੇਮੈਂਟਾਂ, ਅਤੇ ਉਹਨਾਂ ਦਾ ਹੋ ਜਾਂਦਾ ਰੀਫਾਈਨੈਂਸ ਕਿ ਉਹਨਾਂ ਨੂੰ ਉਹ ਅਪਡੇਟ ਕਰਨਾ ਪੈਣਾ ਪੂਰਾ ਕਲੀਅਰ? ਹਾਂਜੀ, ਉਹਦੇ ਵਿੱਚ ਨਾ ਜਗੀ ਭਾਜੀ ਤੁਹਾਡਾ ਬਹੁਤ ਅੱਛਾ ਸਵਾਲ ਹੈਗਾ, ਜਿਨ੍ਹਾਂ ਨੇ ਫੋਰਬੇਅਰੈਂਸ ਕਰਾਈ ਸੀਗੀ, ਪੇਮੈਂਟਾਂ ਰੋਕੀਆਂ ਸੀਗੀਆਂ, ਕੋਈ ਕਹਿੰਦੇ ਲੋਨ ਦੇ ਐਂਡ 'ਚ ਪਾ ਦਿਓ, ਕਈ ਕਹਿੰਦੇ ਹੁਣ ਦੇਣੇ ਸ਼ੁਰੂ ਕਰਤੀਆਂ, ਉਹਦੇ ਵਿੱਚ ਰੂਲ ਜਿਹੜਾ ਹੈਗਾ ਉਹ ਬੈਂਕਾਂ ਦਾ ਉਹ ਇਹ ਹੈਗਾ ਕਿ ਜਿਨ੍ਹਾਂ ਨੇ ਵੀ ਫੋਰਬੇਅਰੈਂਸ ਕਰਾਈ ਸੀ, ਕੋਈ ਗੱਲ ਨਹੀਂ ਹੁਣ ਫੋਰਬੇਅਰੈਂਸ ਗਈਏ ਮੁੱਕ, ਜੇ ਉਹ ਤੁਸੀਂ ਰੀਫਾਈਨੈਂਸ ਕਰਾਓਗੇ ਤਾਂ ਜਿਹੜੇ ਤੁਹਾਡੇ ਲੈਂਡਰ ਹੈਗੇ ਆ ਜਿਵੇਂ ਜਾਗਰ ਮੌਰਗੇਜ ਹੈਗੇ ਆ ਜਾਂ ਹੋਰ ਕੋਈ ਵੀ ਲੈਂਡਰ ਹੈਗਾ, ਉਹਨਾਂ ਨੇ ਤੁਹਾਡੇ ਕੋਲ ਉਹਨੂੰ ਕਹਿੰਦੇ ਲੋਨ ਮੋਡੀਫਿਕੇਸ਼ਨ ਜਾਂ ਫੋਰਬੇਅਰੈਂਸ ਜਿਹੜੀ ਵੀ ਤੁਹਾਡੀ ਅਗਰੀਮੈਂਟ ਬਣਿਆ ਸੀ ਉਹਦੀ ਕਾਪੀ ਦੇਣੀ ਪੈਣੀ ਹੈ ਜੀ। ਅੱਛਾ ਜੀ, ਉਸ ਕਾਪੀ 'ਚ ਲਿਖਿਆ ਹੋਗਾ ਸਭ ਕੁਝ ਵੀ ਕੀ ਕੀ ਪ੍ਰੋਗਰਾਮ ਹੈਗਾ, ਫਿਰ ਤੁਹਾਨੂੰ ਇੱਕ ਕਾਪੀ ਇਹ ਵੀ ਦੇਣੀ ਪੈਣੀ ਹੈ ਵੀ ਸਾਡਾ ਫੋਰਬੇਅਰੈਂਸ ਉਹ ਖਤਮ ਹੋ ਗਿਆ ਬੈਂਕ ਵਾਲਿਆਂ ਕੋਲ ਲੈ ਕੇ। ਅੱਛਾ ਜੀ, ਹਾਂ, ਬੈਂਕ ਵਾਲਾ ਵੀ ਚਿੱਠੀ ਮੰਗਵਾਉਣੀ ਪੈਣੀ, ਉਹ 'ਚੋਂ ਲਿਖ ਕੇ ਦੇਣਾ ਵੀ ਤੁਹਾਡੀ ਫਾਈਲ, ਤੁਹਾਡਾ ਲੋਨ ਇਸ ਵੇਲੇ ਫੋਰਬੇਅਰੈਂਸ ਨਹੀਂ ਹੈਗਾ ਜੀ, ਤੇ ਜਿਨ੍ਹਾਂ ਨੇ ਪਿਛਲੇ 3 ਮਹੀਨੇ ਦੀਆਂ ਪੇਮੈਂਟਾਂ ਦੇ ਦਿੱਤੀਆਂ ਉਹਨਾਂ ਵਾਸਤੇ ਕੋਈ ਰੂਲ ਨਹੀਂ, ਉਸ ਤੋਂ ਬਾਅਦ ਕੋਈ ਗੱਲ ਨਹੀਂ, ਉਹਨਾਂ ਨੂੰ 3 ਮਿੰਟ ਦੀ ਪੇਮੈਂਟਾਂ ਦੇ ਪ੍ਰੂਫ ਦੇ ਦੇਣੇ ਵੀ ਆਹ ਦੇਖੋ ਸਾਡੀ ਪੇਮੈਂਟ ਕਰੰਟ ਹੋ ਗਈ ਹੈ, ਆਹ ਸਾਡੀ ਚਿੱਠੀ ਵੀ ਆ ਗਈ ਹੈ ਵੀ ਅਸੀਂ ਫੋਰਬੇਅਰੈਂਸ ਨਹੀਂ ਹੈਗੇ ਅਤੇ ਸਾਡਾ ਲੋਨ ਹੁਣ ਇਸ ਵੇਲੇ ਕਰੰਟ ਹੈਗਾ, ਉਹਨਾਂ ਦਾ ਉਹਨਾਂ ਦਾ ਫੋਰਬੇਅਰੈਂਸ ਦੇ ਦੌਰਾਨ ਉਸ ਤੋਂ ਬਾਅਦ ਜਿਹੜਾ ਹੁਣ ਜਿਹੜਾ ਲੋਨ ਆ ਉਹ ਬੜੇ ਆਰਾਮ ਨਾਲ ਹੋ ਸਕਦਾ। ਸੋ ਇਸ ਬਾਰੇ ਵੀ ਕਾਫੀ ਜਾਣਕਾਰੀ ਲਿਆਤੀ ਜਾ ਸਕਦੀ ਹੈ, ਕੋਈ ਕਈ ਲੋਕ ਫੋਰਬੇਅਰੈਂਸ ਕਰਨ ਤੋਂ ਬਾਅਦ ਘਰ ਉਹਨਾਂ ਨੇ ਸੋਚਿਆ ਚਲੋ ਹੁਣ ਸਾਡਾ ਤੇ ਖਰਚ ਸ਼ਾਇਦ ਨਹੀਂ ਹੋਣਾ ਤੇ ਸਾਨੂੰ ਲੋਨ ਨਹੀਂ ਮਿਲੂਗਾ, ਉਹਨਾਂ ਦੇ ਵੀ ਲੋਨ ਅਸੀਂ ਕਰ ਰਹੇ ਹਾਂ, ਰੂਲ ਜ਼ਰੂਰ ਥੋੜ੍ਹੇ ਸਖ਼ਤ ਹੈਗੇ ਆ ਲੇਕਿਨ ਕਾਫੀ ਲੋਕਾਂ ਦੇ ਇਹ ਵੀ ਲੋਨ ਜਿਹੜੇ ਹੈਗੇ ਆ ਥੋੜ੍ਹੇ ਰੀਫਾਈਨੈਂਸ ਚੱਲ ਰਹੇ ਜੀ। ਅਤੇ ਰੀਫਾਈਨੈਂਸ ਦਾ ਪਹਿਲਾਂ ਜਿਵੇਂ ਕੋਵਿਡ ਦੌਰਾਨ ਕਾਫੀ ਟਾਈਮ ਲੱਗਦਾ ਸੀਗਾ ਅਤੇ ਮਤਲਬ ਸ਼ਾਣਾ ਵੀ ਕਾਫੀ ਬਰੀਕ ਲਾਇਆ ਹੋਇਆ ਸੀ ਉਹਨਾਂ ਨੇ, ਜਿਵੇਂ ਕਹਿੰਦੇ ਵੀ ਕਾਗਜ਼ ਪੱਤਰ ਕਾਫੀ ਮੰਗਦੇ ਸੀ, ਅਤੇ ਹੁਣ ਉਹਦਾ ਟਾਈਮ ਘਟਿਆ ਜੀ, ਹੁਣ ਅਸੀਂ ਰੀਫਾਈਨੈਂਸ ਦੀ ਗੱਲ ਕਰ ਲਈਏ ਚਾਹੇ ਅਸੀਂ ਨਵੇਂ ਘਰ ਦੀ ਇਹਦੀ ਕਲੋਜ਼ਿੰਗ ਦੀ ਗੱਲ ਕਰ ਲਈਏ ਤਾਂ ਸਮਾਂ ਘਟਿਆ ਜਾਂ ਉਨਾ ਹੀ ਲੱਗਦਾ ਹਜੇ? ਹਾਂਜੀ, ਸਮਾਂ ਬਹੁਤ ਘੱਟ ਗਿਆ ਜੀ, ਹੁਣ ਥੋੜ੍ਹਾ ਜਲਦੀ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਕਾਫੀ ਕੁਛ ਹੁਣ ਲੋਕਾਂ ਨੇ ਐਕਸਪੀਰੀਅੰਸ ਹੋ ਗਿਆ, ਸਾਰਾ ਲੋਕਾਂ ਨੇ ਸੋਚਿਆ ਵੀ ਲੋਨ ਅਫਸਰਾਂ ਨੂੰ ਪਤਾ ਚੱਲ ਗਿਆ ਵੀ ਕੀ ਮੰਗਣਾ, ਜਿਹੜੇ ਬੈਂਕ ਵਾਲੇ ਹੈਗੇ ਉਹਨਾਂ ਨੂੰ ਪਤਾ ਵੀ ਆਹ ਆਈਟਮਾਂ ਚਾਹੀਦੀਆਂ, ਹੁਣ ਸਾਰੇ ਬੰਦੇ ਫਿਰ ਦੁਬਾਰਾ ਤੋਂ ਸਿਆਣੇ ਹੋ ਗਏ, ਇਸ ਕਾਰਨ ਕਹਿ ਲਓ ਵੀ ਜਿਹੜਾ ਲੋਨ ਹੈਗਾ ਰੀਫਾਈਨੈਂਸ ਦਾ, ਜੇ ਤੁਸੀਂ ਆਪਣੇ ਕਾਗਜ਼ ਸਾਰੇ ਜਿਹੜਾ ਤੁਹਾਡਾ ਲੋਨ ਅਫਸਰ ਮਿਲਦਾ ਜਿਵੇਂ ਤੁਸੀਂ ਟਾਈਮ ਸਿਰ ਦੇ ਦਿਓ ਅਤੇ ਤੁਹਾਡਾ ਲੋਨ ਜਿਹੜਾ ਹੈਗਾ ਉਹ ਬੜੀ ਜਲਦੀ ਅੱਜ ਕੱਲ੍ਹ ਹੋ ਰਿਹਾ ਜੀ। ਵਾਹ ਜੀ ਵਾਹ, ਬੜੀ ਚੰਗੀ ਗੱਲ ਹੈ ਜੀ। ਅੱਛਾ, ਉਹਦਾ ਸਵਾਲ ਆਪਣਾ ਉਹਦਾ ਜਵਾਬ ਸ਼ਾਇਦ ਕੰਪਲੀਟ ਨਹੀਂ ਹੋਇਆ, ਉਸ ਜਵਾਬ ਇਹ ਸੀ ਵੀ ਜਿਵੇਂ ਦੱਸਿਆ ਜਿਵੇਂ ਹੁਣ ਤੁਸੀਂ ਦੱਸਿਆ ਵੀ 2-2 ਹਜ਼ਾਰ ਦਾ, 4 ਲੱਖ ਦਾ ਘਰ ਹੈਗਾ ਰੀਫਾਈਨੈਂਸ ਹੈਗਾ ਅਤੇ 2-2 ਹਜ਼ਾਰ ਦਾ ਖਰਚਾ ਹੋਣਾ ਚਾਹੀਦਾ, ਅਤੇ ਉਹ ਕਹਿੰਦੇ ਸੀ ਵੀ ਖਰਚਾ ਬਹੁਤ ਵਧਾ ਦਿੰਦੇ ਨੇ ਉੱਥੇ, ਉਹਨਾਂ ਨੇ ਵਧਾ ਤਾ ਸਾਡਾ ਪਰ ਸਾਨੂੰ ਮਜਬੂਰੀ ਦੇ ਵਿੱਚ ਦੇਣਾ ਪਿਆ, ਕੀ ਵਾਕਿਆ ਕੋਈ ਹੋਰ ਖਰਚੇ ਵਿੱਚ ਐਡ ਹੋ ਸਕਦੇ ਆ ਜਾਂ ਕੋਈ ਉੱਦਾਂ ਵੀ ਵਿੱਚ ਲੋਕੋਲਾ ਕਰਕੇ ਤਾਂ ਉਹਨਾਂ ਨੇ ਆਪਣੇ ਪੈਸੇ ਜ਼ਿਆਦਾ ਲੈ ਲਏ?
ਹਾਂਜੀ ਦੇਖੋ, ਜੇ ਤੁਸੀਂ ਲੋਨਸ ਦਾ ਕੰਮ ਕਰਾਉਂਦੇ ਹੋ ਨਾ, ਇਹਦੇ ਵਿੱਚ ਜੰਗੀ ਭਾਜੀ ਲੋਨ ਦੇ ਵਿੱਚ ਵੀ ਨਾ ਬੜੀਆਂ ਚੀਜ਼ਾਂ ਹੁੰਦੀਆਂ, ਹਰ ਇੱਕ ਦੀ ਫਾਈਲ 'ਚ ਬੜਾ ਫਰਕ ਹੋ ਸਕਦਾ। ਅੱਛਾ ਜੀ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਸਪੋਜ਼ ਕਰੋ ਕਿਸੇ ਨੇ ਰੀਫਾਈਨੈਂਸ ਕਰਾਇਆ ਸੀ, ਪਰ ਉਹਨਾਂ ਦਾ ਘਰ ਮੇਨ ਘਰ ਨਹੀਂ ਸੀਗਾ, ਉਹਨਾਂ ਦਾ ਪ੍ਰੋਪਰਟੀ ਇਨਵੈਸਟਮੈਂਟ ਪ੍ਰੋਪਰਟੀ ਸੀਗੀ ਜੀ, ਅਤੇ ਉਹਦੇ ਵਿੱਚ ਬੈਂਕ ਵਾਲੇ ਜਿਹੜੇ ਹੈਗੇ ਤਕਰੀਬਨ 1-2% ਦੀ ਫੀਸ ਲੈਂਦੇ ਨੇ, ਦੇ ਬਾਅਦ ਜਿਸੋ ਤੁਸੀਂ ਮਰਜ਼ੀ ਕਰਾਓ ਜੀ। ਅਤੇ ਹੁਣ ਜੇ 4 ਲੱਖ ਦਾ ਘਰ ਹੈਗਾ ਤਾਂ 8 ਹਜ਼ਾਰ ਤੋਂ ਉਹਨੇ ਲੱਗਣਾ, ਜਿਹੜੇ ਉਹ ਹੈਗੇ 2% ਵਾਲੇ ਇਨਵੈਸਟਮੈਂਟ ਵਾਲੇ ਜਿਹੜੇ ਬੈਂਕ ਹੁੰਦੇ ਆ, ਠੀਕ ਹੈ। ਅਤੇ ਵਿੱਚ ਫਿਰ ਤੁਸੀਂ ਪ੍ਰੋਪਰਟੀ ਟੈਕਸ ਇੰਸ਼ੋਰੈਂਸ ਵੀ ਲਾਓ, 6 ਮਹੀਨੇ ਦਾ ਉਹ ਲਾ ਲਓ, ਅਤੇ ਤੁਸੀਂ ਲਾ ਲਓ ਵਿੱਚ ਨਾਲ ਆਪਣਾ ਜਿਹੜਾ ਹੁੰਦਾ ਐਸਕਿਊਰਟਰ ਲਾ। ਕਈ ਵਾਰੀ ਫਿਰ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਜਿਹਦੇ ਵਿੱਚ ਤੁਹਾਡਾ ਘਰ ਪ੍ਰਾਇਮਰੀ ਨਹੀਂ ਹੈਗਾ, ਇਨਵੈਸਟਮੈਂਟ ਹੈਗਾ, ਉਹਦੇ ਵਿੱਚ ਫਿਰ ਜਿਹੜਾ ਕਈ ਖਰਚਾ 2,000 ਤੋਂ ਵੱਧ ਕੇ ਉਹ 8-9 ਹਜ਼ਾਰ ਵੀ ਹੋ ਜਾਂਦਾ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ, ਇੰਸਟੈਂਸਿਸ ਦੇ ਵਿੱਚ। ਲੇਕਿਨ ਨੋਰਮਲੀ ਜੇ ਤੁਸੀਂ ਸਿੰਗਲ ਫੈਮਿਲੀ ਹੋ, ਮੈਂ ਤੁਹਾਡਾ ਉਹਨਾਂ ਰਾਖੀ ਪਾ ਦਿਓ, ਤੁਸੀਂ ਆਪ ਰਹਿੰਦੇ ਹੋ ਵਿੱਚ, ਤੁਹਾਡਾ ਘਰ ਹੈਗਾ, ਅਤੇ ਉਹਦੇ ਵਿੱਚ ਜਿਹੜਾ ਐਸਕੋ ਦੇ ਟਾਈਟਲ ਖਰਚਾ ਹੈਗਾ ਉਹ 2-2.5 ਹਜ਼ਾਰ ਵੱਧ ਤੋਂ, ਇਸ ਤੋਂ ਵੱਧ ਨਹੀਂ ਹੁੰਦਾ, ਇੰਨਾ ਹੀ ਹੁੰਦਾ, ਇਸ ਤੋਂ ਵੱਧ ਨਹੀਂ ਜਾਂਦਾ ਜੀ ਉਹ ਜੀ। ਅਤੇ ਫਿਰ ਵੀ ਅਸੀਂ ਇਹੀ ਸਲਾਹ ਦਿੰਦੇ ਹੁੰਦੇ ਦਰਸ਼ਕਾਂ ਨੂੰ ਵੀ ਕਾਲ ਕਰ ਸਕਦੇ ਹੋ ਤੁਸੀਂ ਮੋਹਨ ਸਿੰਘ ਚੀਮਾ ਜੀ, ਉਹਨਾਂ ਦੇ ਦਫ਼ਤਰ ਕਰ ਸਕਦੇ ਹੋ 5069052-75, ਇਹਨਾਂ ਦਾ ਨੰਬਰ ਆ, ਅਤੇ ਬਹੁਤ ਤੁਹਾਡੀਆਂ ਕਾਲਾਂ ਜਾਂਦੀਆਂ ਵੀ ਹੈਗੀਆਂ ਸਾਡੇ ਦਰਸ਼ਕਾਂ ਦੀਆਂ। ਸੋ ਫਿਰ ਵੀ ਕਿਤੇ ਵੀ ਜਿਹੜਾ ਹੈਗਾ, ਇੱਕ ਤਾਂ ਉਹ ਸਾਨੂੰ ਅਸੀਂ ਵਾਰ ਵਾਰ ਸਵਾਲ ਪੁੱਛਣਾ ਪੈਂਦਾ ਜੀ ਵੀ ਇਹ ਜਿਹੜਾ ਜਿਵੇਂ ਈਸਟ ਕੋਸਟ ਤੋਂ ਬਹੁਤ ਸਾਰੇ ਫੋਨ ਆਉਂਦੇ ਨੇ ਵੀ ਸਾਡੇ ਇੱਧਰ ਕਰ ਸਕਦੇ ਨਹੀਂ ਕਰ ਸਕਦੇ, ਉਹ ਜ਼ਰੂਰ ਇੱਕ ਵਾਰੀ ਫਿਰ ਦੱਸ ਦਈਏ ਆਪਾਂ ਵੀ ਤੁਸੀਂ ਕਿਹੜੇ ਕਿਹੜੀਆਂ ਸਟੇਟਸ ਜਿਹੜੀਆਂ ਹੈਗੀਆਂ ਬਿਲਕੁਲ ਡਾਇਰੈਕਟਲੀ ਕਰ ਸਕਦੇ ਹੋ, ਅਤੇ ਕਿਹੜੀ ਕਿਹੜੀ ਸਟੇਟਸ ਜਿਹੜੀਆਂ ਹੈਗੀਆਂ ਜਿੱਥੇ ਤੁਸੀਂ ਸਲਾਹ ਦੇ ਸਕਦੇ ਹੋ ਸਰ। ਜੀ ਜੀ, ਸੋ ਜਗੀ ਭਾਈ, ਜਿਹੜੇ ਦੇ ਐਕਚੁਅਲ ਜਿਹੜੇ ਲੋਨਸ ਹੈਗੇ ਆ, ਅਸੀਂ ਮੇਨਲੀ ਸਾਡੇ ਨੰਬਰ 1 ਨੰਬਰ 2 ਜਿਹੜੀਆਂ 2 ਸਟੇਟਾਂ ਜਿਹਦੇ ਵਿੱਚ ਕਾਫੀ ਕੰਮ ਕਰਨਾ, ਇੱਕ ਹੈਗੀ ਸਟੇਟ ਆਫ ਕੈਲੀਫੋਰਨੀਆ ਜੀ, ਹੁਣ ਜੇ ਸਟੇਟ ਆਫ ਕੈਲੀਫੋਰਨੀਆ ਕਰੀਏ ਬਹੁਤ ਵੱਡੀ ਸਟੇਟ ਹੈਗੀ, ਇਹਦੇ ਵਿੱਚ ਜਿਹੜੇ ਵੀ ਸ਼ਹਿਰ ਹੈਗੇ ਉਹਨਾਂ ਸਾਰਿਆਂ ਦੇ ਵਿੱਚ ਅਸੀਂ ਕਿਤੇ ਵੀ ਜੀ ਕੈਲੀਫੋਰਨੀਆ ਦੇ ਵਿੱਚ ਤੁਹਾਡੀ ਕੋਈ ਪ੍ਰੋਪਰਟੀ ਹੈਗੀ ਆ, ਉਹਦੇ ਵਿੱਚ ਅਸੀਂ ਤੁਹਾਡੀ ਕਹਿ ਲਓ ਵੀ ਜਿੰਨੀ ਵੀ ਮਦਦ ਹੋ ਸਕਦੀ ਜ਼ਰੂਰ ਕਰਨੇ ਹਾਂ ਜੀ, ਰੀਫਾਈਨੈਂਸ ਕਰਨਾ ਹੋਵੇ, ਪਰਚੇਸ ਕਰਨੀ ਹੋਵੇ, ਵੇਚਣਾ ਹੋਵੇ, ਖਰੀਦਣਾ ਹੋਵੇ, ਇਹ ਸਾਰਾ ਜਿਹੜਾ ਕੰਮ ਹੈਗਾ ਰੀਅਲ ਜਿਹੜਾ ਕੈਲੀਫੋਰਨੀਆ 'ਚ ਕਰਨੇ ਆ। ਉਸ ਤੋਂ ਬਾਅਦ ਸਟੇਟ ਆਫ ਵਾਸ਼ਿੰਗਟਨ ਦੇ ਵਿੱਚ ਆਪਣਾ ਜਗੀ ਭਾਜੀ ਜਿਵੇਂ ਟੈਂਗ ਕੈਂਟ ਹੋ ਗਿਆ, ਸੀਐਟਲ ਹੋ ਗਿਆ, ਟਕੋਮਾ, ਇਹ ਜਿਹੜੇ ਸ਼ਹਿਰ ਹੈਗੇ ਆ, ਇਹਨਾਂ ਵਿੱਚ ਕਿਸੇ ਨੂੰ ਵੀ ਘਰਾਣਾ ਸੰਬੰਧੀ ਜੇ ਲੋਨ ਕਰਨਾ ਹੋਵੇ, ਰੈਜੀਡੈਂਸ਼ੀਅਲ ਲੋਨਸ ਕਹਿ ਲਓ, ਇਹ ਸੇਵਾ ਉਹਨਾਂ ਸ਼ਹਿਰਾਂ 'ਚ ਵਿੱਚ ਦਿੰਦੇ ਹਾਂ ਜੀ। ਇਸ ਤੋਂ ਇਲਾਵਾ ਕੋਲੋਰਾਡੋ ਵਿੱਚ ਵੀ ਸਾਡਾ ਜਿਹੜਾ ਕੰਮ ਹੈਗਾ ਲੋਨਸ ਦਾ ਉਹ ਹੈਗਾ, ਤਾਂ ਇਹ ਜਿਹੜੀਆਂ ਮੇਨ ਸਟੇਟਾਂ ਹੈਗੀਆਂ। ਬਾਕੀ ਜੇ ਹੁਣ ਜੇ ਕੋਈ ਕੋਈ ਨਿਊਯਾਰਕ ਦੇ ਵਿੱਚ ਅਸੀਂ ਹੈਗੇ ਹਾਂ, ਨਿਊ ਜਰਸੀ 'ਚ ਹੈਗੇ ਹਾਂ, ਟੈਕਸਸ 'ਚ ਹੈਗੇ ਹਾਂ, ਇਹਨਾਂ ਬਾਰੇ ਜੇ ਕਿਸੇ ਨੂੰ ਕੋਈ ਸਵਾਲ ਹੋਏ ਤਾਂ ਜਿੰਨੀ ਕੁ ਨੌਲੇਜ ਸਾਨੂੰ ਹੈਗੀ ਆ ਉਸ ਏਜ ਹਿਸਾਬ ਨਾਲ ਅਸੀਂ ਤੁਹਾਨੂੰ ਦੱਸ ਸਕਦੇ ਹਾਂ, ਪਰ ਜਿਹੜਾ ਐਕਚੁਅਲ ਤੁਹਾਡਾ ਲੋਨ ਹੈ ਤੁਹਾਨੂੰ ਉਸ ਸਟੇਟ 'ਚੋਂ ਕਰਵਾਉਣਾ ਪੈਂਦਾ, ਕਿਉਂਕਿ ਉੱਥੇ ਅਸੀਂ ਲਾਇਸੈਂਸ ਇਸ ਵੇਲੇ ਨਹੀਂ ਹੈਗੇ। ਸੋ ਇਹ ਤਾਂ ਅਸੀਂ ਰੈਫਰ ਕਰ ਸਕਦੇ ਹਾਂ ਜਾਂ ਅਸੀਂ ਤੁਹਾਨੂੰ ਗਾਈਡ ਕਰਕੇ ਦੱਸਦੇ ਹਾਂ, ਤੁਸੀਂ ਆ ਜਗ੍ਹਾ 'ਤੇ ਫਲਾਣੇ ਬੰਦੇ ਨਾਲ ਗੱਲ ਕਰਕੇ ਦੇਖ ਲਓ, ਤੁਹਾਡੀ ਜਿਹੜੀ ਹੈਲਪ ਹੈ ਉਹ ਹੋ ਸਕਦੀ ਹੈ। ਲੇਕਿਨ ਮੇਨ ਜਿਹੜਾ ਲੋਨਸ ਦਾ ਕੰਮ ਹੈਗਾ, ਸਟੇਟ ਆਫ ਕੈਲੀਫੋਰਨੀਆ, ਵਾਸ਼ਿੰਗਟਨ ਅਤੇ ਕੋਲੋਰਾਡੋ, ਆਹ ਤਿੰਨਾਂ ਸਟੇਟਾਂ ਵਿੱਚ ਸਾਡਾ ਕੰਮ ਉਹ ਮੇਨ ਚੱਲਦਾ ਜੀ ਇਸ ਵੇਲੇ ਜੀ। ਅਤੇ ਇੱਥੇ ਕਾਫੀ ਜਿਹੜੇ ਨਵੇਂ ਘਰਾਂ ਦੀ ਆਪਾਂ ਵੀ ਛੋਟੀ ਜਿਹੀ ਗੱਲ ਕਰ ਲਈ ਬ੍ਰੇਕ 'ਤੇ ਜਾਣ ਤੋਂ ਪਹਿਲਾਂ, ਵੀ ਜਿਹੜੇ ਨਵੇਂ ਘਰ ਨਵਾਂ ਫਾਈਨੈਂਸ ਕਰਾਉਣਾ, ਫਸਟ ਟਾਈਮ ਕਿਸੇ ਨੇ ਘਰ ਬਾਏ ਕਰਨਾ, ਅਤੇ ਉਹਦੇ ਵਾਸਤੇ ਨਵੀਂ ਕੋਈ ਗਾਈਡਲਾਈਨਸ ਹੈਗੀ ਹੈ ਤਾਂ ਉਹ ਸਾਂਝੀ ਕਰ ਦਿਓ ਜੀ। ਹਾਂਜੀ, ਸੋ ਜਿਹੜੇ ਜਿਹੜੇ ਨਵੇਂ ਘਰ ਹੈਗੇ ਆ, ਦੇਖੋ ਜੀ, ਜਿਹੜੀਆਂ ਕਾਫੀ ਹੁਣ ਕੋਵਿਡ ਦੇ ਦੌਰਾਨ ਵੀ ਬੜੀਆਂ ਨਵੀਆਂ ਨਵੀਆਂ ਸਹੂਲਤਾਂ ਨਾਲ ਪੇਸ਼ ਕੀਤੀਆਂ ਸੀਗੀਆਂ, ਪਰ ਜਿਹੜੀਆਂ ਮੇਨ ਇੱਕ ਬੜੀ ਗੱਲ ਚੱਲ ਰਹੀ ਸੀਗੀ, ਫਸਟ ਟਾਈਮ ਹੋਮ ਬਾਇਰਸ ਨੂੰ ਕਿਰਾਏ ਦਿੱਤਾ ਜਾਊਗਾ ਜੀ 15,000 ਦਾ, ਕੋਈ ਕਹਿੰਦਾ ਸੀ 25,000 ਦਾ। ਇਹ ਜਿਹੜੇ ਬਿੱਲ ਹੈਗੇ ਆ, ਇਹ ਹਜੇ ਕਹਿ ਲਓ ਵੀ ਕਾਂਗਰਸ 'ਚ ਲੱਗੇ ਹੋਏ ਆ, ਇਹਨਾਂ ਉੱਪਰ ਬਹਿਸ ਹੋ ਰਹੀ ਹੈ, ਕਦੋਂ ਇਹ ਪਾਸ ਹੋਣਗੇ, ਕਦੋਂ ਇਹ ਕਰਾਰੇਟ ਅਪਰੂਵ ਹੈਗਾ, ਇਹਦੇ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ। ਲੇਕਿਨ ਇਹ ਇੱਕ ਜਿਹੜੀ ਨਵੀਂ ਚੀਜ਼ ਆ, ਜਦੋਂ ਆਊਗੀ ਅਸੀਂ ਤੁਹਾਡੇ ਸ਼ੋਅ 'ਤੇ ਆ ਕੇ ਇਹਨੂੰ ਜ਼ਰੂਰ ਡਿਸਕਸ ਕਰਾਂਗੇ ਫਰਦਰ, ਪਰ ਇਹ ਚੀਜ਼ ਹਜੇ ਕਹਿ ਲਓ ਜਿਹੜੀ ਪਾਸ ਨਹੀਂ ਹੋਈ। ਉਸ ਤੋਂ ਬਾਅਦ ਜਿਹੜੀਆਂ ਬਾਕੀ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਆ ਜੱਗੀ ਭਾਜੀ, ਉਹ ਸੇਮ ਹੀ ਹੈਗੇ, ਕੋਈ ਫਰਕ ਨਹੀਂ ਹੈਗਾ, ਉਹ ਸਭ ਉੱਦਾਂ ਹੀ ਚੱਲਦੇ ਜਿਵੇਂ ਪਹਿਲਾਂ ਸੀਗੇ। ਬਸ ਇਹ ਜ਼ਰੂਰ ਹੈਗਾ ਵੀ ਬੈਂਕ ਜਿਹੜੇ ਹੈਗੇ ਇਸ ਵੇਲੇ ਬੜੇ ਰੈਡੀ ਹੈਗੇ ਆ, ਕਾਫੀ ਬੈਂਕਾਂ ਕੋਲ ਪੈਸਾ ਇਕੱਠਾ ਹੋਇਆ ਪਿਆ, ਇਸ ਕਾਰਨ ਜੇ ਕਿਸੇ ਨੇ ਘਰ ਦੇ ਲੋਨ ਕਰਾਉਣੇ ਹੋਣ ਤੇ ਉਹ ਕਹਿ ਲਓ ਵੀ ਥੋੜੇ ਜਿਹੇ ਸੌਖੇ ਹੈਗੇ ਨੇ, ਪਰ ਅੱਛੇ ਲੋਨ ਅਫਸਰ ਨਾਲ ਮਿਲ ਕੇ ਤੁਸੀਂ ਗੱਲ ਕਰੋਗੇ ਤੁਹਾਨੂੰ ਅੱਛੀ ਤਰ੍ਹਾਂ ਗਾਈਡ ਕਰ ਸਕਦਾ। ਤੇ ਇਸ ਚੀਜ਼ ਵਾਸਤੇ ਮੈਂ ਸਭ ਨੂੰ ਇਹ ਵੀ ਕਹਿਣਾ ਚਾਹੂੰਗਾ ਵੀ ਸਲਾਹ ਜ਼ਰੂਰ ਕਰੋ। ਕਈ ਵਾਰ ਇਹ ਹੁੰਦਾ ਵੀ ਘਰ 'ਚ 6 ਮਹੀਨੇ ਬਾਅਦ ਲੈਣਾ ਹੋਵੇ, ਭਾਵੇਂ ਅਗਲੇ ਸਾਲ ਹੀ ਲੈਣਾ ਹੋਵੇ ਨਾ, ਬੰਦਾ ਥੋੜ੍ਹਾ ਰੈਡੀ ਹੋ ਜਾਂਦਾ, ਜਦੋਂ ਟਾਈਮ ਆਵੇ ਤੇ ਫਿਰ ਐਨ ਪਤਾ ਨਾ ਚੱਲੇ ਵੀ ਲੋਨ ਕਦੋਂ ਗਿਆ ਤੇ ਕਦੋਂ ਹੋ ਗਿਆ। ਬਿਲਕੁਲ ਬਿਲਕੁਲ ਜੀ ਬਿਲਕੁਲ, ਤਿਆਰੀ ਜਿਹੜੀ ਆ ਉਹ ਜ਼ਿਆਦਾ ਜ਼ਰੂਰੀ ਹੈ। ਅਤੇ ਮੋਹਨ ਸਿੰਘ ਜੀਮਾ ਜੀ, ਤੁਸੀਂ ਭਾਅ ਜੀ ਜੁੜੇ ਰਹੋ ਨਾਲ ਇੱਦਾਂ ਹੀ, ਅਤੇ ਆਪਾਂ ਬ੍ਰੇਕ ਇੱਕ ਲੈਣੀ ਹੈ, ਬ੍ਰੇਕ ਤੋਂ ਬਾਅਦ ਫਿਰ ਅਸੀਂ ਕੁਝ ਦੇਰ ਗੱਲਾਂ ਕਰਾਂਗੇ। ਸਾਡੇ ਦਰਸ਼ਕਾਂ ਵਾਸਤੇ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਆਪਾਂ ਮਿਲਦੇ ਹਾਂ ਜੀ। ਉਸ ਤੋਂ ਬਾਅਦ ਹਾਜ਼ਰ ਹੈ ਜੀ ਇੱਕ ਵਾਰ ਫਿਰ, ਅਤੇ ਮੋਹਨ ਸਿੰਘ ਚੀਮਾ ਜੀ ਸਾਡੇ ਨਾਲ ਜੁੜੇ ਨੇ, ਬਹੁਤ ਵਧੀਆ ਗੱਲਾਂ ਬਾਤਾਂ ਚੱਲ ਰਹੀਆਂ, ਬਹੁਤ ਵਧੀਆ
ਥੈਂਕ ਯੂ ਜਗੀ ਭਾਈ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅੱਛਾ, ਸਾਡੇ ਇੱਕ ਬੰਦੇ ਨੇ ਪਿਛਲੀ ਵਾਰ ਆਫ ਦੀ ਈਅਰ ਸਵਾਲ ਪੁੱਛਿਆ ਸੀ, ਔਰ ਉਹ ਸਵਾਲ ਬਹੁਤ ਸਾਰੇ ਦਰਸ਼ਕਾਂ ਦੇ ਦਿਮਾਗ ਦੇ ਵਿੱਚ ਹੋ ਸਕਦਾ, ਅਤੇ ਮੈਂ ਅੱਜ ਫਿਰ ਤਾਂ ਹੀ ਸੋਚਿਆ ਵੀ ਦੁਬਾਰਾ ਪੁੱਛੀਏ। ਜਿਹੜੇ ਕਹਿੰਦੇ ਵੀ ਕਈਆਂ ਦੀ ਉਮਰ ਜ਼ਿਆਦਾ ਆ, 60-65 ਸਾਲ ਉਮਰ ਹੋ ਗਈ ਆ, ਅਤੇ ਕ੍ਰੈਡਿਟ ਸਕੋਰ ਵਗੈਰਾ ਵੀ ਠੀਕ ਹੈ, ਅਤੇ ਪਰ ਘਰ ਨਹੀਂ ਹਜੇ ਤੱਕ ਲਿਆ, ਘਰ ਪਹਿਲੀ ਵਾਰ ਲੈਣ ਬਾਰੇ ਸੋਚ ਰਹੇ ਨੇ, ਅਤੇ ਉਹਨਾਂ ਨੂੰ ਲੋਨ ਹੋ ਜਾਂਦਾ ਜਾਂ ਔਖਾ, ਜਾਂ ਬੈਂਕ ਇਹ ਸੋਚਦੀ ਹੈ ਭਾਈ ਇਹਦਾ ਕੀ ਪਤਾ 4 ਦਿਨ ਹੋਰ ਹੈ ਕਿ ਨਹੀਂ ਹੈ। ਹਾਂਜੀ ਜਗੀ ਭਾਈ, ਦੇਖੋ ਇਸ ਤਰ੍ਹਾਂ ਹੈਗਾ ਕਿ US ਦੇ ਵਿੱਚ ਨਾ ਕਈ ਜਿਹੜੇ ਲਾਜ਼ ਹੈਗੇ ਬੜੇ ਸਖਤ ਹੈਗੇ। ਹਾਂਜੀ, ਇੱਕ ਜਿਹੜਾ ਲਾਅ ਹੈਗਾ ਉਹ ਰਿਲੇਟਿਡ ਹੈਗਾ ਵੀ ਏਜ ਨਾ ਜਾਂ ਸੈਕਸ ਨਾ, ਤੁਸੀਂ ਇਹਦੇ ਨਾਲ ਡਿਸਕ੍ਰੀਮੀਨੇਟ ਨਹੀਂ ਕਰ ਸਕਦੇ ਬੰਦਾ ਬੰਦਾ ਕਿ ਜਵਾਨੀ ਹੈ ਜਾਂ ਵੀ ਇਹਦੀ ਏਜ ਕਿੰਨੀ ਹੈਗੀ ਹੈ। ਹਾਂਜੀ, 18 ਸਾਲ ਤੋਂ ਘੱਟ ਹੈਗਾ ਤਾਂ ਫਿਰ ਤੁਸੀਂ ਘਰ ਨਹੀਂ ਲੈ ਸਕਦੇ, ਠੀਕ ਹੈ। ਪਰ ਇੱਕ ਦੀ 18 ਸਾਲ ਤੋਂ ਹੋ ਗਏ, ਭਾਵੇਂ ਤੁਹਾਡੀ ਏਜ ਜਿੰਨੀ ਵੀ ਹੈਗੀ ਹੈ, ਡਸਨਟ ਮੈਟਰ, ਤੁਸੀਂ 60 ਦੇ ਹੋ ਜਾਓ, 70 ਦੇ ਹੋ ਜਾਓ, 80 ਦੇ ਹੋ ਜਾਓ, 90 ਦੇ ਹੋ ਜਾਓ, 95 ਦੇ ਹੋ ਜਾਓ, ਏਜ ਦੀ ਅਮੈਰੀਕਾ ਚ ਇੱਕ ਚੀਜ਼ ਦਾ ਫਾਇਦਾ ਹੈਗਾ ਵੀ ਇੱਥੇ ਜਿਹੜੀਆਂ ਚੀਜ਼ਾਂ ਬਣੀਆਂ ਨਾ ਉਹ ਸਹੀ ਸੋਚ ਸਮਝ ਕੇ ਬਣੀਆਂ, ਵੀ ਜੇ ਤੁਹਾਡਾ ਹੱਕ ਬਣਦਾ, ਤੁਸੀਂ ਜਿੰਨੀ ਮਰਜ਼ੀ ਤੁਹਾਡੀ ਏਜ ਹੋ ਗਈ ਹੈ, ਤੁਸੀਂ ਕਹਿ ਲਓ ਵੀ ਮੈਂ ਹੁਣ 80 ਸਾਲ ਦਾ ਹੈਗਾ, ਮੈਂ ਕਾਰ ਲੈਣਾ ਚਾਹੁੰਦਾ, ਤੁਹਾਡੇ ਦਿਲ 'ਚ ਜੇ ਹੈਗਾ ਨਾ, ਤੁਸੀਂ ਕਾਰ ਲੈਣਾ, ਗੱਡੀ ਲੈਣੀ, ਜਹਾਜ਼ ਲੈਣਾ, ਜੇ ਤੁਸੀਂ ਕੁਆਲੀਫਾਈ ਕਰਦੇ ਹੋ ਨਾ, ਤੁਹਾਡੀ ਇਨਕਮ ਹੈਗੀ ਹੈ ਅਤੇ ਕ੍ਰੈਡਿਟ ਹੈਗਾ, ਤਾਂ ਤੁਹਾਨੂੰ ਉਹ ਲੋਨ ਮਿਲ ਜੂਗਾ ਜੀ। ਹਾਂ, ਇਨਕਮ ਜ਼ਰੂਰੀ ਹੈ, ਜ਼ਿਆਦਾ ਉਮਰ ਦੇ ਵਿੱਚ ਇਨਕਮ ਹੋ ਸਕਦਾ ਬੰਦੇ ਦੀ ਉਸ ਤਰ੍ਹਾਂ ਨਾ ਹੋਵੇ, ਪਰ ਬਹੁਤ ਸਾਰੇ ਲੋਕ ਬਿਜ਼ਨਸ ਵਗੈਰਾ ਕਰਦੇ ਨੇ ਜਿਹੜੇ ਬੜੀ ਵੱਡੀ ਉਮਰ ਦੇ ਵੀ ਹੈਗੇ ਨੇ, 80-90 ਸਾਲ ਦੇ, ਅਤੇ ਕੰਮ ਕਾਰ ਹੈਗੇ ਨੇ। ਅਤੇ ਅੱਛਾ, ਇੱਕ ਅਸੀਂ ਗੱਲ ਹਮੇਸ਼ਾ ਕਰੀਦੀ ਹੈ, ਤੁਸੀਂ ਕਹਿਣ ਲੱਗੇ ਸੀ ਕੁਛ। ਹਾਂਜੀ, ਅੱਛਾ, ਮੈਂ ਕਿਹਾ ਇੱਕ ਗੱਲ ਆਏਗੀ ਆਮ ਤੌਰ 'ਤੇ ਵੀ ਅਸੀਂ ਕੈਟਾਗਰੀ ਜਿਹੜੀ ਹੈਗੀ ਇਨਕਮ ਦੀ ਕੈਟਾਗਰੀ ਆਪਾਂ ਗਿਣੀਏ, ਤਾਂ ਇੱਕ ਤਾਂ ਕੈਟਾਗਰੀ ਉਹ ਆ ਜਿਹੜੀ ਜੋਬ ਕਰਦੇ ਨੇ ਅਤੇ W-2 ਲੈਂਦੇ ਨੇ ਜੀ, ਇੱਕ ਕੈਟਾਗਰੀ ਉਹ ਆ ਜੀ ਜਿਹੜੇ ਜੋਬ ਕਰਦੇ ਨੇ ਅਤੇ 1099 ਲੈਂਦੇ ਨੇ ਜੀ, ਅਤੇ ਤੀਜੀ ਕੈਟਾਗਰੀ ਹੈਗੀ ਹੈ ਜੀ ਜਿਹੜੇ ਨਾ 1099 ਨਾ W-2 ਆ, ਉਹਨਾਂ ਦਾ ਸੈਲਫ ਇੰਪਲਾਈ ਹੈਗੇ ਜਾਂ ਆਪਣਾ ਕੰਮ ਕਾਰ ਹੈਗਾ, ਆਪਣਾ ਬਿਜ਼ਨਸ ਹੈਗਾ, ਅਤੇ ਤਿੰਨਾਂ ਨੇ ਅਗਰ ਲੋਨ ਨਵਾਂ ਕਰਾਉਣਾ ਜਾਂ ਰੀਫਾਈਨੈਂਸ ਕਰਾਉਣਾ, ਉਹਨਾਂ ਵਾਸਤੇ ਅਲੱਗ ਅਲੱਗ ਪ੍ਰੋਸੀਜਰ ਆ ਜਾਂ ਸੇਮ ਹੈ ਜੀ? ਹਾਂਜੀ, ਦੇਖੋ ਗੱਲ ਹੈਗੀ ਇਨਕਮ ਦੀ, ਇਨਕਮ ਦੇ ਸੋਰਸਿਸ ਵੱਖਰੇ ਵੱਖਰੇ ਹੋ ਸਕਦੇ, ਯਾਨੀ ਕਹਿਣ ਦਾ ਭਾਵ ਕਿ ਜਿਵੇਂ ਤੁਸੀਂ ਕਿਹਾ ਪਹਿਲਾਂ ਸ਼ੋਅ ਦੇ ਵਿੱਚ ਕਿ ਕਿਸੇ ਨੂੰ W-2 ਮਿਲਦਾ, ਕਿਸੇ ਨੂੰ ਮਿਲਦਾ 1099, ਤਾਂ ਕਿਸੇ ਨੂੰ ਕੁਛ ਨਹੀਂ ਮਿਲਦਾ, ਪਰ ਸੈਲਫ ਇੰਪਲੋਇਡ ਹੈਗਾ। ਬੇਸਿਕਲੀ ਗੱਲ ਆ ਜਾਂਦੀ ਇਨਕਮ 'ਤੇ। ਹੁਣ ਤੁਸੀਂ ਸਾਡੇ ਕੋਲ ਐਪਲੀਕੇਸ਼ਨ ਲੈ ਕੇ ਆਓ ਆਹ ਜੁਲਾਈ ਦਾ ਮਹੀਨਾ, ਅਸੀਂ ਦੇਖਣਾ ਵੀ ਤੁਸੀਂ ਕੀ ਕਮਾਇਆ ਜੀ ਇਸ ਮਹੀਨੇ, ਹੈ ਨਾ ਜੀ। ਜਿਹੜੇ ਤੇ W-2 ਵਾਲੇ ਆ, ਉਹਨਾਂ ਨੇ ਕਹਿਣਾ ਦੇਖੋ ਜੀ ਭਾਜੀ ਆਹ ਸਾਡੀ ਤਨਖਾਹ ਹੈਗੀ ਜੀ, ਸਾਨੂੰ ਆਵਰਲੀ, ਅਸੀਂ ਉਸੇ ਉਹਦੇ ਹਿਸਾਬ ਲਾ ਲਿਆ, ਹਾਂ ਪੇ ਸਟਬ ਦੇ ਕੇ ਤੁਹਾਡੀ ਇੰਨੀ ਇਨਕਮ ਬਣ ਗਈ ਤੁਹਾਡੀ ਮੰਥਲੀ ਬਣ ਗਈ, ਠੀਕ ਹੈ ਜੀ। ਹੁਣ ਜਿਹੜਾ 1099 ਵਾਲਾ ਹੈਗਾ, ਤੇ ਜਿਹੜਾ 1099 ਤੇ ਸੈਲਫ ਇੰਪਲੋਇਮੈਂਟ ਵਾਲਾ, ਉਹਨਾਂ ਦੀ ਇਨਕਮ ਕਿੰਨਾ ਹੀ ਦੇਖਣੇ ਆ, ਪੂਰੇ ਸਾਲ ਦੀ ਇਨਕਮ 2 ਸਾਲਾਂ ਦੀ। ਅੱਛਾ ਜੀ, 19 ਚ ਤੁਸੀਂ ਕਿੰਨੇ ਪੈਸੇ ਕਮਾਏ ਸੀ? ਹਾਂਜੀ, ਖਰਚੇ ਕੱਢ ਕੇ, ਇੱਕ ਹੁੰਦਾ ਇੱਕ ਹੁੰਦੀ ਕਮਾਈ, ਕਮਾਈ ਦਾ ਮਤਲਬ ਵੀ ਤੁਸੀਂ ਇੱਕ ਹੁੰਦੀ ਗਰੋਸ ਸੇਲ, ਵੀ ਤੁਸੀਂ ਭਾਵੇਂ $2 million ਦਾ ਟਰੱਕਿੰਗ ਬਿਜ਼ਨਸ ਕੀਤਾ, ਖਰਚੇ ਕੱਢ ਕੇ ਤੁਹਾਡੀ ਨੈੱਟ ਸੀਗੀ ਉਹ 60,000 ਬਣੀ, ਸਾਰਾ ਕੁਝ ਖਰਚਾ ਕੱਢ ਕੇ ਤੁਹਾਡੇ ਕੋਲ 60,000 ਬਚਿਆ ਸਾਲ ਦਾ, ਇਹਦਾ ਮਤਲਬ ਤੁਹਾਡੀ ਮੰਥਲੀ ਇਨਕਮ ਬਣ ਗਈ 5,000 ਜੀ, 12x5 ਹਨਾ, ਤੇ ਮਤਲਬ ਕਿ 60,000 ਤੁਹਾਡਾ ਬਣ ਗਿਆ, ਤੁਹਾਡੀ 5,000 ਮੰਥਲੀ ਇਨਕਮ ਬਣ ਗਈ, ਬਿਲਕੁਲ ਜੀ, ਠੀਕ ਹੈ ਜੀ। ਸੋ ਇਸੇ ਤਰ੍ਹਾਂ ਉਹਨਾਂ ਨੇ ਐਵਰੇਜ ਦੇਖਣੀ ਤੁਸੀਂ ਸੈਲਫ 2 ਸਾਲਾਂ ਦੇ, ਵੀ 2 ਸਾਲਾਂ ਤੁਸੀਂ ਕੀ ਕੀਤਾ ਕੰਮ, ਟੈਕਸ ਦੀਆਂ ਕਾਪੀਆਂ ਦਿਖਾਓ। ਉਸ ਤੋਂ ਇਲਾਵਾ ਉਹਨਾਂ ਨੇ ਜਿਹੜੇ ਪਿਛਲੇ 3 ਮਹੀਨੇ ਹੈਗੇ ਆ, ਜਿਵੇਂ ਹੁਣ ਅਪ੍ਰੈਲ, ਮਈ ਤੇ ਜੂਨ, ਜੇ ਅਸੀਂ 21 ਦੀ ਗੱਲ ਕਰੀਏ, ਤੇ ਉਹ ਤੁਹਾਡੀਆਂ 3 ਮਹੀਨੇ ਦੀਆਂ ਬਿਜ਼ਨਸ ਬੈਂਕ ਸਟੇਟਮੈਂਟ ਮੰਗਦੇ ਆ। ਉਹ ਕਿਉਂ? ਉਹਨਾਂ ਨੇ ਦੇਖਣਾ ਵੀ ਤੁਹਾਡਾ ਬਿਜ਼ਨਸ ਠੀਕ ਚੱਲਦਾ ਪਿਆ, ਉਹਦੀ ਪ੍ਰੋਫਿਟ ਐਂਡ ਲਾਸ ਤੇ ਬੈਲੈਂਸ ਸ਼ੀਟ ਉਹ ਮੰਗਦੇ ਹੈਗੇ ਜੀ। ਸੋ ਇਹ ਜਿਹੜੀ ਆ ਇਨਕਮ ਹੈਗਾ, ਇਨਕਮ ਬੈਂਕ ਵਾਲਾ ਕਿਉਂ ਦੇਖਦਾ? ਬੈਂਕ ਵਾਲਾ ਨੇ ਇਹ ਦੇਖਣਾ ਵੀ ਤੁਸੀਂ ਜਿੰਨਾ ਮਰਜ਼ੀ ਕੰਮ ਕਰੋ, ਵੀ ਤੁਸੀਂ ਪੇਮੈਂਟ ਜੋਗੇ ਪੈਸੇ ਬਚਾਉਂਦੇ ਜੀ ਜੀ, ਬਿਲਕੁਲ। ਇਸੇ ਕਾਰਨ ਡੈਟ ਟੂ ਇਨਕਮ ਦੇ ਵੀ ਤੁਹਾਡੇ ਖਰਚੇ ਕਿੰਨੇ ਹੈਗੇ ਤੇ ਪੇਮੈਂਟ ਕਿੰਨੀ ਬਚਦੀ ਹੈਗੀ ਜੀ, ਬਿਲਕੁਲ। ਸੋ ਜਿਹੜੀ ਇਨਕਮ ਹੈਗੀ ਆ, ਉਹ ਉਹਨਾਂ ਨੇ ਦੇਖਣੀ ਹੈਗੀ ਹੈ। ਇਸੇ ਕਾਰਨ ਜਦੋਂ ਅਸੀਂ ਕਈ ਵਾਰੀ ਲੋਨ ਦੀ ਗੱਲਬਾਤ ਕਰੀਏ, ਤੇ ਆਪਾਂ ਨਾ ਕਈ ਵਾਰੀ ਸਾਡੇ ਕੋਲ ਹੁਣ ਜਿਹੜੇ ਸੈਲਫ ਇੰਪਲੋਇਡ ਬੰਦੇ ਹੈਗੇ, ਭਾਜੀ ਅਸੀਂ ਟੈਕਸ ਨਹੀਂ ਭਰਿਆ, ਅਸੀਂ ਟੈਕਸ ਭਰਨਾ, ਕਿੰਨੀ ਕੁ ਇਨਕਮ ਚਾਹੀਦੀ ਹੈ, ਇਹ ਬੜੇ ਸੋਹਣੇ ਸੋਹਣੇ ਸਵਾਲ ਲੈ ਕੇ ਸਾਡੇ ਕੋਲ ਟਾਈਮ ਸਿਰ ਆ ਜਾਂਦੇ ਆ। ਜਦੋਂ ਟਾਈਮ ਸਿਰ ਆਉਂਦੇ, ਫਿਰ ਸਾਰੇ ਵੀ ਦੱਸਦੇ ਵੀ ਤੁਹਾਨੂੰ ਭਾਜੀ ਇੰਨੀ ਕਿੰਨੀ ਲੋੜ ਪੈਣੀ ਹੈ, ਤੇ ਫਿਰ ਉਸ ਹਿਸਾਬ ਦੇ ਆਪਣੇ ਅਕਾਊਂਟ ਨਾਲ ਮਿਲ ਕੇ ਜਿਹੜੇ ਵੀ ਤੁਹਾਡੇ ਜੈਨੂਅਨ ਖਰਚੇ ਉਹ ਪਾ ਕੇ ਟੈਕਸ ਭਰੋ, ਤੇ ਫਿਰ ਜਿਹੜਾ ਲੋਨ ਹੈਗਾ ਉਹ ਸੌਖਾ ਹੋ ਸਕਦਾ, ਭਾਵੇਂ ਤੁਸੀਂ ਰੀਫਾਈਨੈਂਸ ਕਰਨਾ ਹੋਵੇ, ਭਾਵੇਂ ਅਸੀਂ ਲੈਣਾ ਹੋਵੇ ਕਾਰ। ਸੋ ਇਨਕਮ ਇੱਕ ਬੜਾ ਹੀ ਇੰਪੋਰਟੈਂਟ ਸਬਜੈਕਟ ਹੈਗਾ, ਇਨਕਮ ਤੋਂ ਬਗੈਰ ਕਿਸੇ ਦਾ ਲੋਨ ਨਹੀਂ ਜੇ ਹੁੰਦਾ ਜੀ, ਬਿਲਕੁਲ ਜੀ, ਬਿਲਕੁਲ। ਜੋ ਮਤਲਬ ਜੇ ਇਨਕਮ ਇਹ ਆ ਵੀ ਸਾਲ ਦੇ ਵਿੱਚ 2-3-4 ਮਹੀਨੇ ਤਾਂ ਬਹੁਤ ਆ ਗਈ, 2-3 ਮਹੀਨੇ ਆਈ ਨਹੀਂ, ਤਾਂ ਫਿਰ ਵੀ ਮੇਰੇ ਖਿਆਲ ਫਰਕ ਪੈਂਦਾ ਹੋਏਗਾ। ਹਾਂਜੀ, ਕਾਫੀ ਫਰਕ ਪੈਂਦਾ ਜੀ, ਹਾਂ ਜੇ ਰੈਗੂਲਰ ਜੀ ਮੇਰੇ ਕੋਲ ਆ ਜਾਓ ਜੀ, ਹੁਣ ਕਹੋ ਜੀ
ਪਿਛਲੇ ਸਾਲ ਬੜੀ ਇਨਕਮ ਵਧੀਆ ਸੀ, ਪਰ ਪਿਛਲੇ 4 ਮਹੀਨੇ ਮੈਂ ਇੰਡੀਆ ਚਲਾ ਗਿਆ, ਹੁਣ ਮੈਂ ਲੋਨ ਕਰ ਦਿਓ, ਉਹ ਨਹੀਂ ਫਿਰਾਉਂਦਾ ਜੀ। ਜਿਹੜੀ ਸੈਲਫ ਇੰਪਲੋਇਡ, ਇਹ ਬਿਲਕੁਲ ਸਹੀ ਹੈ। ਅਤੇ ਹੋਰ ਕਿਹੜੇ ਕਿਹੜੇ ਜੀ ਜ਼ੈਂਡਰ ਮੋਰਗੇਜ ਦੀ ਅਸੀਂ ਗੱਲ ਕਰ ਰਹੇ ਹਾਂ, ਲੋਨ ਕਿਹੜੀ ਕਿਹੜੀਆਂ ਚੀਜ਼ਾਂ ਦੇ ਵਿੱਚ ਕਰਵਾ ਸਕਦੇ ਜੀ, ਕਰਦੇ ਹੋ ਤੁਸੀਂ ਡੀਲ? ਹਾਂਜੀ ਜੀ ਜੀ ਸੁਜਾਗੀ ਭਾਜੀ, ਦੇਖੋ ਇੱਕ ਤਾਂ ਘਰਾਂ ਦੇ ਲੋਨ ਹੋ ਗਏ, ਪ੍ਰਾਇਮਰੀ ਸੈਕੰਡਰੀ ਹੋਮ ਕਹਿ ਲਓ, ਸੈਕਿੰਡ ਹੋਮ ਕਹਿ ਲਓ, ਇਨਵੈਸਟਮੈਂਟ ਪ੍ਰੋਪਰਟੀਜ਼ ਕਹਿ ਲਓ। ਇਸ ਤੋਂ ਇਲਾਵਾ ਜ਼ੈਂਡਰ ਐਗ ਹੈਗੀ ਹੈ, ਜ਼ੈਂਡਰ ਐਗ ਦਾ ਮਤਲਬ ਐਗਰੀਕਲਚਰ, ਜੇ ਕਿਸੇ ਨੇ ਕੋਈ ਖੱਤਿਆਂ ਦੇ ਲੋਨ ਕਰਾਉਣੇ ਨੇ ਜਾਂ ਖੱਤਿਆਂ ਦੀ ਖਰੀਦੋ ਫਰੋਤ ਕਰਨੀ ਹੈ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ, ਖਾਸ ਕਰ ਜਿੱਥੇ ਅਸੀਂ ਰਹਿੰਦੇ ਹਾਂ ਸੈਂਟਰਲ ਵੈਲੀ ਦੇ ਵਿੱਚ, ਇੱਕ ਸਾਡਾ ਇੱਥੋਂ ਦਾ ਪੰਜਾਬ ਇਹਨੂੰ ਮੰਨਦੇ ਜੀ ਅਸੀਂ, ਇੱਥੇ ਬੜੀਆਂ ਫਸਲਾਂ, ਬੜਾ ਖੇਤੀਬਾੜੀ ਦਾ ਬੜਾ ਕੰਮ ਹੈਗਾ। ਸੋ ਕਿਸੇ ਨੂੰ ਖੇਤੀਬਾੜੀ ਨਾਲ ਸੰਬੰਧੀ ਕੋਈ ਲੋਨ ਚਾਹੀਦਾ ਹੋਵੇ, ਉਹ ਜਿਹੜਾ ਕੰਮ ਹੈਗਾ ਉਹ ਵੀ ਸਾਡੀ ਕੰਪਨੀ ਕਰਦੀ ਹੈ। ਉਸ ਤੋਂ ਇਲਾਵਾ ਜੇ ਕਿਸੇ ਨੇ ਕੋਈ ਕਹਿ ਲਓ ਵੀ ਕਮਰਸ਼ੀਅਲ ਲੋਨ, ਜਿਹਦੇ ਵਿੱਚ ਵੀ ਗੈਸ ਸਟੇਸ਼ਨ, ਲਿਕਰ ਸਟੋਰ, 7-Eleven, ਜਿਹੜੀਆਂ ਇਹੋ ਚੀਜ਼ਾਂ ਦੀ, ਕਿਸੇ ਨੇ ਜ਼ਮੀਨ ਲੈਣੀ ਹੈ, ਖਰੀਦਣਾ ਜਾਂ ਨਵਾਂ ਬਣਵਾਉਣਾ, ਇਹਨਾਂ ਦੇ ਲੋਨ, ਇਹਨਾਂ ਨੂੰ ਜੇ ਕਿਸੇ ਜੇ ਖਰੀਦੋ ਫਰੋਖਤ ਕਰਨੀ ਹੈ, ਉਹ ਵੀ ਜਿਹੜਾ ਕੰਮ ਹੈਗੀ ਆ ਉਹ ਜਾਂਦਾ ਰੀਅਲ ਸ਼ੈਡ ਤੋਂ ਕਮਰਸ਼ੀਅਲ ਡਿਵੀਜ਼ਨ ਸਾਡੀ ਜਿਹੜੀ ਹੈਗੀ ਆ ਉਹ ਕਰਦੀ ਹੈਗੀ ਹੈ। ਸੋ ਬੇਸਿਕਲੀ ਰੀਅਲ ਸਟੇਟ ਨਾਲ ਜੁੜੀਆਂ ਬੜੀਆਂ ਸੇਵਾਵਾਂ ਇੱਕੋ ਛੱਤ ਹੇਠਾਂ ਇੱਥੇ ਮਿਲਦੀਆਂ ਜੀ। ਹਾਂ ਬਿਲਕੁਲ ਜੀ, ਵੈਸੇ ਤਾਂ ਬਹੁਤ ਸਾਰੇ ਲੋਕ ਜਿਹੜੇ ਦੇਖੇ ਨੇ, ਚਾਹੇ ਰੀਅਲ ਸਟੇਟ ਦੀ ਗੱਲ ਕਰ ਲਈਏ ਚਾਹੇ ਮੋਰਗੇ ਦੀ ਗੱਲ ਕਰ ਲਈਏ, ਅਤੇ ਆਮ ਕੋਈ ਇੱਕ ਦੋ ਬੰਦੇ ਬੈਠੇ ਹੁੰਦੇ ਅਤੇ ਦਫ਼ਤਰ ਦੇ ਵਿੱਚ ਇੱਦਾਂ ਫੋਨਾਂ ਤੋਂ ਲੱਗਦਾ ਹੁੰਦਾ ਵੀ ਪਤਾ ਨਹੀਂ ਕਿੰਨਾ ਕੁ ਤਾਮ ਝਾਮ ਹੋਣਾ, ਪਰ ਤੁਹਾਡੇ ਤਾਂ ਹੁਣ ਮੈਂ ਔਫਿਸ ਇੰਨੀ ਵਾਰੀ ਵਿਜਿਟ ਕੀਤਾ ਜੀ, ਅਤੇ ਪੂਰਾ ਮੇਲਾ ਲੱਗਿਆ ਹੁੰਦਾ ਹੈ ਔਰ ਅਲੱਗ ਅਲੱਗ ਡਿਪਾਰਟਮੈਂਟ, ਅਲੱਗ ਅਲੱਗ ਜਗ੍ਹਾ ਹੀ ਬਹੁਤ ਸਾਰੀ ਹੈਗੀ ਮੇਰੇ ਖਿਆਲ, ਉੱਥੇ ਤੁਹਾਡੇ ਤਾਂ ਲਗਭਗ 65-70 ਦੇ ਕਰੀਬ ਤਾਂ ਇੱਥੇ ਹੀ ਤੁਹਾਡੇ ਇੰਪਲਾਈ ਹੈਗੇ ਆ, ਬਾਕੀ ਲੋਨ ਅਫਸਰਾਂ ਨੂੰ ਛੱਡ ਕੇ ਤੁਹਾਡੇ ਸਾਥੀ ਕਹਿ ਲਓ, ਟੀਮ ਮੈਂਬਰ ਕਹਿ ਲਓ, ਜਿਹੜੇ ਕਿ ਪੂਰਾ ਜ਼ੋਰ ਲਾਉਂਦੇ ਨੇ ਸਾਰੇ। ਅਤੇ ਇੱਕ ਜਿਹੜੀ ਗੱਲ ਹਮੇਸ਼ਾ ਮੈਂ ਕਹਿੰਦਾ ਹੁੰਦਾ, ਉਹ ਵੀ ਮੈਂ ਅੱਜ ਵੀ ਦੁਹਰਾਉਣੀ ਚਾਹੂੰਗਾ ਕਿ ਵਾਕਈ ਤੁਹਾਡਾ ਕੰਮ ਕਰਨ ਦਾ ਤਰੀਕਾ ਵੱਖਰਾ ਹੈ, ਮੈਂ ਆਪ ਇਹਦੇ ਵਿੱਚੋਂ ਵਿਚਰਿਆ, ਇਸ ਕਰਕੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਮੋਹਨ ਸਿੰਘ ਚੀਮਾ ਹੁਣਾਂ ਦਾ ਕੰਮ ਕਰਨ ਦਾ ਤਰੀਕਾ ਵੱਖਰਾ। ਜੇ ਉਹਨਾਂ ਨੇ ਹੱਥ ਪਾ ਲਿਆ ਅਤੇ ਜਿਵੇਂ ਕਹਿੰਦੇ ਨਾ ਵੀ ਡਾਕਟਰ, ਅਤੇ ਕਹਿੰਦੇ ਫਲਾਣੇ ਡਾਕਟਰ ਕੋਲ ਚਲ ਜਾਓ, ਅਤੇ ਫਿਰ ਜੇ ਤਾਂ ਉਹਨੇ ਹਾਂ ਕਰਤੀ ਅਤੇ ਫਿਰ ਤਾਂ ਨਹੀਂ ਮਰੀਜ਼ ਨੂੰ ਕੁਛ ਹੋਣ ਦਿੰਦਾ, ਅਤੇ ਜੇ ਉਹਨੇ ਮਰੀਜ਼ ਐਡਮਿਟ ਹੀ ਨਾ ਕੀਤਾ ਤਾਂ ਫਿਰ ਇਹਦਾ ਮਤਲਬ ਕੋਈ ਹੱਲ ਨਹੀਂ ਹੈਗਾ। ਸੋ ਤੁਸੀਂ ਵੀ ਫਾਈਲ ਨੂੰ ਜਿਹੜਾ ਹੱਥ ਪਾਉਂਦੇ ਹੋ ਤਾਂ ਤਕਰੀਬਨ ਮੇਰੇ ਖਿਆਲ ਤੁਹਾਡਾ ਸਕਸੈਸ ਰੇਟ 100% ਹੀ ਹੋਏਗਾ, ਕੋਈ 1-2% ਭਾਵੇਂ ਕਾਗਜ਼ ਪੱਤਰਾਂ ਦੀ ਕਮੀ ਕਰਕੇ ਕੋਈ ਹੋਊ ਕੁੱਕ ਰਹਿ ਗਿਆ ਹੋਣਾ, ਕਿ ਅਦਰਵਾਈਜ਼ ਤਾਂ 100% ਹੀ ਹੋਣਾ ਜੀ ਕਿ ਨਹੀਂ? ਹਾਂਜੀ ਦੇਖੋ ਜੀ, ਇੱਦਾਂ ਹੈਗਾ ਕੰਮ ਦਾ, ਇਹ ਹੈਗਾ ਵੀ ਅੱਜ ਤੁਹਾਨੂੰ ਅੱਜ ਦਾ ਸਹੀ ਇੰਸੀਡੈਂਟ ਦੱਸਣਾ ਵੀ ਮੈਂ ਅੱਜ ਹੁਣ ਕੰਮ 'ਤੇ ਆਇਆ ਸੀਗਾ ਜੀ, ਅਤੇ ਸ਼ਨੀਚਰ ਐਤਵਾਰ ਮੈਂ ਆਫਿਸ 'ਚੋਂ ਬਾਹਰ ਸੀਗਾ, ਅਤੇ ਇੱਕ ਸੱਜਣ ਸੀਗੇ ਜਿਹੜੇ ਕਿ ਬੜੇ ਘਬਰਾਹਟ 'ਚ ਸੀਗੇ ਵੀ ਲੋਨ ਕਰਾਉਣਾ ਚਾਹੁੰਦੇ ਸੀ, ਲੋਨ ਉਹਨਾਂ ਦਾ 2 ਜਗ੍ਹਾ ਤੋਂ ਨਾ ਹੋ ਗਈ ਉਹਨਾਂ ਨੂੰ, ਹਾਂਜੀ, ਅਤੇ ਅੱਜ ਹੁਣੇ ਸਾਡੇ ਆਫਿਸ 'ਚੋਂ ਗਏ ਆ, ਅਤੇ ਫਿਰ ਉਹਨਾਂ ਨੂੰ ਅਪਰੂਵਲ ਲੈਟਰ ਦੇ ਦਿੱਤਾ ਸੀਗਾ, ਅਤੇ ਉਹ ਯਕੀਨ ਨਾ ਕਰਨ ਮੇਰੇ 'ਤੇ ਵੀ ਭਾਈ ਤੁਸੀਂ ਕਿੱਦਾਂ ਦੇ ਦਿਓ, ਮੈਂ ਤਾਂ 2 ਵੱਡੇ ਗੋਰਿਆਂ ਦੇ ਬੈਂਕਾਂ ਤੋਂ ਹੋ ਕੇ ਆਇਆ, ਉਹਨਾਂ ਨੇ ਚੰਗੀ ਤਰ੍ਹਾਂ ਛਾਣਬੀਨ ਕੀਤੀ, ਅਤੇ ਮੈਨੂੰ ਉਹਨੇ ਸਾਫ਼ ਕਹਿ ਦਿੱਤਾ ਵੀ ਤੂੰ ਤਾਂ ਭਾਈ ਤੇਰਾ ਤਾਂ ਘਰ ਨਹੀਂ ਬਣਨਾ, ਅਤੇ ਦੂਜਾ ਤਾਂ ਕਹਿੰਦਾ ਮੈਂ ਤਾਂ ਘਰ ਬੁੱਕ ਕਰਾਇਆ ਸੀ ਅਤੇ ਮੇਰਾ ਬੰਦ ਵੀ ਗਿਆ, ਅਗਲੇ ਮਹੀਨੇ ਕਲੋਜਿੰਗ ਹੈ ਮੇਰੀ, ਅਤੇ ਮੈਂ ਹੁਣ ਕਿੱਥੇ ਜਾਵਾਂ, ਅਤੇ ਕਹਿੰਦਾ ਉਹ ਕਿਸੇ ਨੇ ਦੱਸਿਆ ਵੀ ਭਾਈ ਤੂੰ ਇੱਧਰ ਜਾ ਕੇ ਗੱਲ ਕਰਕੇ ਆ, ਖੁੱਲ੍ਹ ਕੇ ਸਾਰੀ ਸਾਰਿਆਂ ਭਾਈ ਨੂੰ ਦੱਸਦੇ ਵੀ ਕੀ ਗੱਲਬਾਤ ਹੈਗੀ ਹੈ, ਉਹ ਬੰਦੇ ਨੇ ਸਾਰੀ ਗੱਲਾਂ ਦੱਸੀਆਂ, ਅਤੇ ਕਈ ਚੀਜ਼ਾਂ ਉਹਨਾਂ ਦੇ ਯਾਦ ਜ਼ਰੂਰ ਉਸਨੂੰ ਸਮਝ ਲੱਗੀਆਂ ਜਾਂ ਪਤਾ ਨਹੀਂ ਕੀ ਗੱਲਬਾਤ ਸੀਗੀ, ਮੈਂ ਕਿਹਾ ਭਾਈ ਤੁਹਾਡੇ 'ਤੇ ਫਾਈਲ ਹੋ ਸਕਦੀ ਹੈ, ਅਤੇ ਉਹ ਬੰਦਾ ਫਿਰ ਹੱਥ ਜੋੜਦਾ ਸੀ, ਹੱਥ ਜੋੜ ਕੇ ਚਲੋ ਕਹਿਣਾ ਕਹਿਣ ਦਾ ਮਤਲਬ ਵੀ ਉਹਨਾਂ ਦੇ ਮਨ 'ਚ ਇੰਨੀ ਖੁਸ਼ੀ ਹੋ ਗਈ ਵੀ ਚਲੋ ਸਾਨੂੰ ਕਿਸੇ ਨੇ ਹਾਰਟ ਕੀਤੀ ਇੱਥੇ। ਹਾਂ ਬਿਲਕੁਲ ਜੀ ਬਿਲਕੁਲ, ਇਹ ਵੈਸੇ ਇਹ ਵੀ ਚੀਜ਼ ਸਵਾਲ ਵਿੱਚੋਂ ਹੀ ਨਿਕਲਿਆ ਬਹੁਤ ਵਧੀਆ, ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਕਈ ਵਾਰੀ 1-2 ਬੰਦਿਆਂ ਨੂੰ ਜਗ੍ਹਾ ਨਾ ਹੋ ਜਾਂਦੀ, ਅਸੀਂ ਰੀਫਾਈਨੈਂਸ ਦੀ ਗੱਲ ਕਰੀਏ, 2 ਘਰਾਂ 2 ਬੈਂਕਾਂ ਤੋਂ ਨਾ ਹੋ ਗਈ ਤਾਂ ਮੁੜ ਕੇ ਦਿਲ ਛੱਡ ਜਾਂਦੇ ਨੇ, ਅਤੇ ਕਿੰਨੀ ਕੁ ਵਾਰੀ ਨਾ ਹੋ ਚੁੱਕੀ ਹੋਵੇ ਤਾਂ ਜ਼ੈਂਡਰ ਮੋਰਗੇਜ ਫਿਰ ਵੀ ਹੱਥ ਪਾ ਲੈਂਦਾ ਜੀ? ਦੇਖੋ ਡਿਪੈਂਡ ਕਰਦਾ ਜੱਗੀ ਭਾਅ ਜੀ, ਸਾਡੇ ਕੋਲ ਕਈ ਫਾਈਲਾਂ ਐਸੀਆਂ ਹੈਗੀਆਂ ਜਿਨ੍ਹਾਂ ਵਿੱਚ 3-3-4 ਜਗ੍ਹਾ ਤੋਂ ਵੀ ਬੰਦਿਆਂ ਨੂੰ ਕਹਿ ਲਓ ਵੀ ਨਾ ਹੋਈ ਹੁੰਦੀ ਹੈ, ਅਤੇ ਉਹ ਆਉਂਦੇ ਨੇ, ਐਕਚੁਅਲੀ ਗੱਲ ਹੁੰਦੀ ਹੈ ਕੇਸ ਸਮਝਣ ਦੀ ਜੀ, ਸਾਡੇ ਜੋ ਨਾ ਭਾਸ਼ਾ ਦਾ ਬੜਾ ਫਰਕ ਹੈਗਾ ਜੀ, ਅਸੀਂ ਕਈ ਵਾਰੀ ਕੋਈ ਲਾਈਨ ਕਿਸੇ ਨੇ ਪਾਤੀ ਹੁੰਦੀ, ਉਹ 'ਚ ਕੋਈ ਇਹੋ ਜਿਹਾ ਬਾਕਸ ਚੈੱਕ ਕਰਤਾ, ਕੁਝ ਹੋਰ ਗੱਲ ਕਹਿਤੀ, ਜਾਂ ਇਨਕਮ ਚੰਗੀ ਤਰ੍ਹਾਂ ਡਿਕਲੇਅਰ ਨਹੀਂ ਕੀਤੀ, ਜਾਂ ਹੋਰ ਜਿਹੜੇ ਸੋਰਸਿਸ ਆਫ ਇਨਕਮ ਤੁਹਾਡੇ ਕੋਲ ਸੀਗੀਆਂ, ਕਈਆਂ ਦੇ ਘਰਾਂ ਵਿੱਚ ਇਨਕਮ ਦੇ ਬੜੇ ਸੋਰਸ ਹੁੰਦੇ ਆ, ਇੱਥੋਂ ਵੀ ਆਉਂਦੀ ਹੈ, ਉੱਧਰੋਂ ਆਉਂਦੀ, ਕਿਹੜੀ ਕਾਊਂਟ ਕੀਤੀ ਜਾ ਸਕਦੀ, ਕਿਹੜੀ ਕਾਊਂਟ ਨਹੀਂ ਕੀਤੀ ਜਾ ਸਕਦੀ। ਸੋ ਲੋਨ ਦੇ ਵਿੱਚ ਕਈ ਸਾਡੇ ਕੋਲ ਬੰਦੇ 4-4-5-5 ਜਗ੍ਹਾ ਹੋਰ ਵੀ ਆਉਂਦੇ ਨੇ, ਭਾਈ ਬਾਜੀ ਤੁਸੀਂ ਵੀ ਦੇ ਕੇ ਚਲਾਉਂਦੇ, ਇੱਥੋਂ ਵੀ ਆ ਕੇ ਚੈੱਕ ਕਰਵਾ ਲਈਏ, ਅਤੇ ਉਹ ਹੋ ਜਾਂਦੇ ਆ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਭਾਅ ਜੀ ਵੀ ਸਾਡੇ ਕੋਲ ਸਿਰਫ ਇਹੋ ਫਾਈਲਾਂ ਆਉਂਦੀਆਂ ਜਿਹੜੇ ਕੀਤੇ ਨੇ, ਸਾਡੇ ਕੋਲ ਬੜੀ ਤਰ੍ਹਾਂ ਦੇ ਕਲਾਇੰਟ ਆਉਂਦੇ ਨੇ ਜਿਹਨਾਂ ਨੂੰ ਸਾਡੀ ਚਲੋ ਵੀ ਸਾਨੂੰ ਉਹਨਾਂ ਦੀ ਲੋੜ ਆ, ਉਹਨਾਂ ਨੂੰ ਸਾਡੀ ਲੋੜ ਆ, ਅਸੀਂ ਕਿਸੇ ਨਾਲ ਸਹਿਮਤੀ ਨਾਲ ਅਸੀਂ ਕਿਹਾ ਵੀ ਲੋਨ ਕਰਨੇ, ਪਰ ਇਹ ਹੈ ਵੀ ਅਸੀਂ ਹਰ ਇੱਕ ਫਾਈਲ ਨੂੰ ਇੰਨੀ ਹੀ ਇੰਪੋਰਟੈਂਸ ਦਿੰਦੇ ਹਾਂ। ਹੁਣ ਜੇ ਕੋਈ ਵੀ ਸਾਡੇ ਕੋਈ ਵੀ ਬੰਦਾ ਆਉਂਦਾ ਜਿਹੜੀ ਫਾਈਲ ਬੜੀ ਸੌਖੀ ਹੁੰਦੀ, ਅਸੀਂ ਉਹ ਵੀ ਕਰਾਉਂਦੇ ਹਾਂ, ਪਰ ਅਸੀਂ ਸਾਰਿਆਂ ਦਾ ਜਿਹੜਾ
ਇਹਨਾਂ ਦਾ ਕ੍ਰੈਡਿਟ ਕੂਡ ਬਣਿਆ ਹੋਇਆ, ਜੋਬ ਜੂਬ ਕਰਦੇ ਨੇ, ਸਾਡੀ ਨੰਬਰ ਵਨ ਪ੍ਰਾਇੋਰਟੀ ਹੁੰਦੀ ਹੈ ਵੀ ਇਹ ਬੰਦਿਆਂ ਨੂੰ ਘਰ ਦੀ ਚਾਬੀ ਕਿੱਦਾਂ ਮਿਲ ਸਕਦੀ ਹੈ, ਇਹ ਸਾਡਾ ਕੰਮ ਹੈਗਾ ਜੀ। ਅਸੀਂ ਇਹ ਸੋਚ ਕੇ ਚੱਲਦੇ ਹਾਂ ਵੀ ਜੇ ਉਹਨਾਂ ਦੀ ਖੁਆਇਸ਼ ਹੈਗੀ ਹੈ ਵੀ ਅਸੀਂ ਉਸ ਖੁਆਇਸ਼ ਵਿੱਚ ਕਿੱਦਾਂ ਇਹਨਾਂ ਦੇ ਭਾਗੀਦਾਰ ਬਣ ਸਕਦੇ ਹਾਂ ਅਤੇ ਕਿਸ ਤਰ੍ਹਾਂ ਅਸੀਂ ਇਹਨਾਂ ਦੀ ਹੈਲਪ ਕਰ ਸਕਦੇ ਹਾਂ। ਔਰ ਕਈ ਵਾਰੀ ਜੱਗੀ ਭਾਜੀ ਇਹ ਵੀ ਹੁੰਦਾ ਵੀ ਘਰ ਉਸ ਮਹੀਨੇ ਨਹੀਂ ਮਿਲਦਾ, ਕਈ 6 ਮਹੀਨੇ ਬਾਅਦ ਮਿਲਦਾ, ਕਈ ਨੂੰ ਸਾਲ ਬਾਅਦ ਮਿਲਦਾ, ਪਰ ਅਸੀਂ ਉਹਨਾਂ ਨੂੰ ਕਿਹਾ ਸਹੀ ਲਾਈਨ 'ਤੇ ਪਾ ਦਿੱਤਾ ਵੀ ਇੱਦਾਂ ਹੋਣਾ ਜੀ। ਬਿਲਕੁਲ ਬਿਲਕੁਲ ਜੀ ਬਿਲਕੁਲ। ਚਲੋ ਜੀ ਅਸੀਂ ਵੀ ਇਹੀ ਬੇਨਤੀ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਵੀ ਘਰ ਦਾ ਸੁਪਨਾ ਹਰ ਬੰਦੇ ਦਾ ਹੁੰਦਾ ਅਤੇ ਸੁਪਨਿਆਂ ਦਾ ਘਰ ਲੈਣ ਵਾਸਤੇ ਅਸੀਂ ਅਮਰੀਕਾ ਦੀ ਗੱਲ ਕਰੀਏ ਤਾਂ ਲੋਨ ਲੈਣਾ ਹੀ ਪੈਂਦਾ ਜਿੰਨੇ ਮਰਜ਼ੀ ਪੈਸੇ ਪੱਲੇ ਹੋਣ, ਅਤੇ ਲੋਨ ਲੈਣ ਵਾਸਤੇ ਜੈਂਡਰ ਮੋਰਗੇਜ ਜਿਹੜਾ ਮੇਰੇ ਖਿਆਲ ਬੈਸਟ ਰਸਤਾ ਜਿਹੜਾ ਹੈਗਾ। ਮੋਹਨ ਸਿੰਘ ਚੀਮਾ ਭਾਅ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਵਧੀਆ ਹਰ ਵਾਰੀ ਜਾਣਕਾਰੀ ਦਿੰਦੇ ਹੋ, ਅੱਜ ਵੀ ਬੜੀ ਵਧੀਆ ਜਾਣਕਾਰੀ ਦਿੱਤੀ ਹੈ। ਨੰਬਰ ਮੈਂ ਇੱਕ ਵਾਰ ਫਿਰ ਰਿਪੀਟ ਕਰ ਦਿੰਦਾ ਜੀ ਇਹਨਾਂ ਦਾ 559-905-2575 ਨੰਬਰ ਜਿਹੜਾ ਹੈਗਾ, ਅਤੇ ਨਾਲ ਦੀ ਨਾਲ ਈਮੇਲ ਵਗੈਰਾ ਹੈਗੀ ਆ। ਫਿਰ ਵੀ ਕਿਸੇ ਕੋਲ ਨੰਬਰ ਕੋਈ ਮਿਸਪਲੇਸ ਹੋ ਜਾਂਦਾ ਸਾਡੇ ਕੋਲ ਨੰਬਰ ਲੈ ਸਕਦੇ ਹੋ ਸੁਪਨਿਆਂ ਦਾ ਘਰ ਲੈਣ ਦਾ ਸੁਪਨਾ ਪੂਰਾ ਕਰਨ ਵਾਸਤੇ। ਮੋਹਨ ਭਾਅ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਭਾਅ ਜੀ ਆਪ ਜੀ ਦਾ, ਤੁਹਾਡੀ ਸਾਰੀ ਟੀਮ ਜੀ ਦਾ ਬਹੁਤ ਧੰਨਵਾਦ ਕਰਨਾ, ਤੁਸੀਂ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰ ਦਿਓ ਜੀ। ਤੁਹਾਡਾ ਅਤੇ ਦਰਸ਼ਕਾਂ ਨੂੰ ਮੈਂ ਸਭ ਨੂੰ ਬਹੁਤ ਆਪਣੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਮਿਹਰਬਾਨੀ ਜੀ। ਸੋ ਮੋਹਨ ਸਿੰਘ ਚੀਮਾ ਜੀ ਸਾਡੇ ਨਾਲ, ਮੋਰਗੇਜ ਐਡਵਾਈਜ਼ ਮੋਹਨ ਸਿੰਘ ਚੀਮਾ, ਜੈਨਰ ਮੋਰਗੇਜ ਐਂਡ ਰੀਅਲ ਅਸਟੇਟ ਫਰਿੰਜੋ ਦੇ ਵਿੱਚ ਇਹਨਾਂ ਦਾ ਹੈੱਡ ਆਫਿਸ ਆ, ਉੱਦਾਂ ਆਫਿਸ ਬਹੁਤ ਸਾਰੀ ਜਗ੍ਹਾ ਹੈਗੇ ਨੇ, ਸੈਕਰਾਮੈਂਟੋ ਵੀ ਹੈਗਾ, ਇੱਧਰ ਜੂਬਾ ਸਿਟੀ ਵੀ ਇਹਨਾਂ ਨੇ ਹੁਣ ਆਫਿਸ ਖੋਲ ਲਿਆ, ਅਤੇ ਬਹੁਤ ਸਾਰੀਆਂ ਸਟੇਟਸ ਦੇ ਵਿੱਚ ਕੰਮ ਕਰਦੇ ਨੇ। ਅਤੇ ਤੁਸੀਂ ਵੀ ਆਪਣਾ ਸੁਪਨਿਆਂ ਦਾ ਘਰ ਦਾ ਸੁਪਨਾ ਪੂਰਾ ਕਰਨ ਵਾਸਤੇ ਇਹਨਾਂ ਨਾਲ ਗੱਲ ਕਰ ਸਕਦੇ ਹੋ। ਉਮੀਦ ਕਰਦਾ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਊਗੀ। ਰਾਤੀ 9 ਵਜੇ ਇਸ ਪ੍ਰੋਗਰਾਮ ਦਾ ਰਿਪੀਟ ਦੇਖ ਸਕਦੇ ਹੋ, ਜਸ ਪੰਜਾਬੀ ਦੇ ਉੱਪਰ ਪੈਸੀਫਿਕ ਟਾਈਮ ਦੀ ਗੱਲ ਆਪਾਂ ਕਰਦੇ ਹਾਂ। ਅਤੇ ਮੈਨੂੰ ਹੁਣ ਅੱਗੇ ਤੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ।